ਆਪਾਂ ਨਾਰਾਜ਼ ਹੋ ਜਾਂਦੇ ਐ ਨਹੀਂ ਗੱਲ ਸਹੀ ਗੱਲ ਹੈ ਜੀ ਨਹੀਂ ਬਹੁਤ ਪਿਆਰੀ ਹੈ ਸੰਗਤ ਬਹੁਤ ਪਿਆਰੀ ਹੈ ਜੱਟ ਦੀ ਫਸਲ ਘੋੜੇ ਦੀ ਨਸਲ ਤੇ ਮੈਨੂੰ ਅਕਲ ਹੋਣੀ ਬਹੁਤ ਜ਼ਰੂਰੀ ਹੈ ਕਹਿੰਦੇ ਭਾਈਆਂ ਵਿੱਚ ਪਿਆਰ ਵੈਰੀ ਦੀ ਹਾਰ ਤੇ ਘਰ ਦੇ ਵਿੱਚ ਨਾਰ ਹੋਣੀ ਬਹੁਤ ਜ਼ਰੂਰੀ ਹੈ ਬਾਬਿਆਂ ਦੀ ਢਾਣੀ ਨੂੰਹ ਧੀ ਸਿਆਣੀ ਤੇ ਰੱਬ ਦੀ ਬਾਣੀ ਹੋਣੀ ਬਹੁਤ ਨੱਚੋ ਕੁੱਦੋ ਜ਼ਿੰਦਗੀ ਨੂੰ ਮਾਣੋ ਪਰਮਾਤਮਾ ਇਹ ਨਹੀਂ ਕਹਿੰਦਾ ਵੀ ਜ਼ਿੰਦਗੀ ਨੂੰ ਨਾ ਮਾਣੋ ਪਰ ਉਹਦਾ ਸ਼ੁਕਰੀਆ ਅਦਾ ਕਰਨਾ ਕਦੇ ਨਾ ਭੁੱਲੋ ਜਿਵੇਂ ਹੁਣ ਮਰਦ ਪ੍ਰਧਾਨ ਸਮਾਜ 'ਚ ਆਮ ਹੀ ਮੈਂ ਆਪਦੀ ਲਾਈਫ 'ਚ ਬਹੁਤ ਵਾਰੀ ਸੁਣਿਆ ਵੀ ਜਨਾਨੀ ਦਾ ਕੀ ਹੈ ਜ਼ਿਆਦਾ ਜਨਾਨੀ ਦੀ ਮੱਤ ਤਾਂ ਥੈਂਕ ਯੂ ਪੁੱਤ ਥੈਂਕ ਯੂ ਸੋਹਣੇ ਗੁੱਚੀ ਪਿੱਛੇ ਹੋਈ ਪਰ ਮੈਂ ਇਹ ਕਹਿੰਦੀ ਹਾਂ ਵੀ ਸ਼ੁਕਰ ਕਰੋ ਤੁਹਾਡੇ ਮੁਤਾਬਕ ਹੀ ਲਾ ਲਓ ਕਿਉਂ ਭੈਣ ਜੀ ਵੀ ਜਿਵੇਂ ਤੁਸੀਂ ਸੋਚਦੇ ਹੋ ਵੀ ਸਾਡੀ ਮੱਤ ਇੱਥੇ ਹੈ ਤੁਹਾਡੇ ਮੁਤਾਬਕ ਸਾਡੀ ਮੱਤ ਇੱਥੇ ਹੈ ਰੱਬ ਨੂੰ ਅਰਦਾਸ ਕਰਿਆ ਕਰੋ ਸਾਡੀ ਮੱਤ ਇੱਥੇ ਨਾ ਆ ਜੇ ਜਿੱਦਣ ਸਾਡੀ ਮੱਤ ਇੱਥੇ ਆ ਗਈ ਨਾ ਤਾਂ ਇੱਕ ਦਿਨ ਵੀ ਘਰ ਨਹੀਂ ਵਸਣਾ ਭਾਂਡੇ ਟੀਂਡੇ ਨਾਲ ਦੀ ਨਾਲ ਹੀ ਖੇਲਣ ਜਾਣਗੇ ਜਨਾਨੀ ਤਾਂ ਕਾਵਣੀ ਰਾਵਣੀ ਠੀਕ ਹੈ ਕਹਿੰਦੇ ਅਰਦਾਸ ਕਰਿਆ ਕਰੋ ਵੀ ਸਾਡੀ ਮੱਤ ਇੱਥੇ ਨਾ ਆਵੇ ਤੁਹਾਡੀ ਸੋਚ ਦੇ ਮੁਤਾਬਕ ਮੈਂ ਤਾਂ ਸੋਚਦੀ ਵੀ ਜਨਾਨੀ ਜਿੰਨਾ ਅਕਲਮੰਦ ਕੋਈ ਨਹੀਂ ਥੈਂਕ ਯੂ ਬੁੱਧੀ ਥੈਂਕ ਯੂ ਵਾਹਿਗੁਰੂ ਤੰਦਰੁਸਤੀ ਹੈ ਬਾਕੀ ਅਤੇ ਤਾਂ ਹੀ ਕਹਿੰਦੇ ਹੈ ਕਿ ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਹੈ ਤਾਲੀ ਨਹੀਂ ਚਾਲ ਤੇਂਦੂਏ ਵਰਗੀ ਕੁੜਤੇ ਗੀਸਾ ਕੋਟਣ ਵਾਲੀ ਨੇ ਕਿਤੇ ਹੱਡ ਵੈਰੀ ਦੇ ਪੋਲੇ ਅੱਧੀ ਰਾਤ ਪੁਲਿਸ ਵੀ ਟੋਲੇ ਹੋਇਆ ਮਰਡਰ ਤੂਤ ਦੇ ਓਲੇ ਨੇ ਬੰਬੀਹਾ ਬੋਲੇ ਤੇ ਇੱਕ ਕੱਤੀ ਪਾ ਕੇ ਜਾਣੀ ਭੈਣ ਜੀ ਤੁਸੀਂ ਸੈਟਿੰਗ ਕਰੋ ਵੀ ਮੈਨੂੰ ਤਾਂ ਰਹੀ ਹੈ ਸ਼ਿਕਾਇਤ ਮੇਰੇ ਵਿਆਹ ਨੂੰ 23 ਸਾਲ ਹੋ ਗਏ ਪੂਰੇ ਤੁਹਾਨੂੰ ਸ਼ਿਕਾਇਤ ਰਹੀ ਹੈ ਮੈਂ ਆਮ ਹੀ ਸੁਣਦੀ ਹਾਂ ਜਨਾਨੀਆਂ ਇੱਕ ਦੂਜੇ ਕੋਲੇ ਕਹਿੰਦੀਆਂ ਆਪਦੇ ਘਰ ਵਾਲੇ ਕੋਲੇ ਕਹਿੰਦੀ ਇੱਕ ਦੂਜੇ ਕੋਲੇ ਕੋਲੇ ਕਹਿੰਦੀਆਂ ਦੇਖੀ ਫਲਾਣੀ ਦਾ ਘਰ ਵਾਲਾ ਉਹ ਤੇ ਕਿੰਨਾ ਮਰਦਾ ਤੂੰ ਤਾਂ ਮੇਰੇ ਤੋਂ ਮਰਦਾ ਹੀ ਨਹੀਂ ਤੂੰ ਤਾਂ ਮੈਨੂੰ ਪਿਆਰ ਹੀ ਨਹੀਂ ਕਰਦਾ ਜਨਾਨੀ 80-85 ਸਾਲ ਦੀ ਹੋਜੂ ਮੈਂ ਕਹਿੰਦੀ ਅਰਥੀ ਤੱਕ ਜਦ ਤੱਕ ਉਹਦੀਆਂ ਅੱਖਾਂ ਖੁੱਲੀਆਂ ਨੇ ਉਦੋਂ ਤੱਕ ਬੰਦੇ ਵੱਲ ਝਾਕੂ ਵੀ ਤੂੰ ਮੇਰੇ ਤੇ ਮਰਦਾ ਦੇਖੀ ਫਲਾਣੀ ਦਾ ਘਰ ਵਾਲਾ ਉਹ ਤੇ ਕਿੰਨਾ ਮਰਦਾ ਫਲਾਣੀ ਦਾ ਘਰ ਵਾਲਾ ਉਹਨੂੰ ਕਿੰਨਾ ਪਿਆਰ ਕਰਦਾ ਸਾਰੀ ਉਮਰ ਜਨਾਨੀ ਨੂੰ ਸ਼ਿਕਾਇਤ ਰਹਿੰਦੀ ਹੈ ਰਹਿਣੀ ਵੀ ਚਾਹੀਦੀ ਹੈ ਕਿਉਂਕਿ ਉਹਨੇ ਪੂਰੀ ਦੁਨੀਆਂ 'ਚੋਂ ਇੱਕੋ ਹੀ ਬੰਦਾ ਚੁਣਿਆ ਹੁੰਦਾ ਜਿਹੜੀ ਜਨਾਨੀ ਹੈ ਜਨਾਨੀ ਦੇ ਨਾਂ 'ਤੇ ਜਿਹੜੀ ਦਾਗ ਹੈ ਉਹ ਨਹੀਂ ਮੈਂ ਜਨਾਨੀ ਦੀ ਔਰਤ ਦੀ ਗੱਲ ਕਰਦੀ ਹਾਂ ਜਿਹਨੇ ਪੂਰੇ ਸੰਸਾਰ 'ਚ ਇੱਕ ਦੇ ਲੜ ਜ਼ਿੰਦਗੀ ਲਾਈ ਹੁੰਦੀ ਹੈ ਅਤੇ ਹੁਣ ਇੱਕ ਵਿਚਾਰਾ ਭੋਲਾ ਜਿਹਾ ਸੀ ਕਹਿੰਦਾ ਯਾਰ ਵਿਆਹ ਨੂੰ 30-35 ਸਾਲ ਹੋ ਗਏ ਇਹਦੀ ਆਹੀ ਸ਼ਿਕਾਇਤ ਰਹੀ ਹੈ ਵੀ ਤੂੰ ਮੇਰੇ 'ਤੇ ਮਰਦਾ ਨਹੀਂ ਤੂੰ ਮੇਰੇ 'ਤੇ ਮਰਦਾ ਨਹੀਂ ਕਹਿੰਦਾ ਅੱਜ ਇਹਨੂੰ ਮੈਂ ਕੋਸ਼ਿਸ਼ ਥੈਂਕ ਯੂ ਭੈਣ ਜੀ ਥੈਂਕ ਯੂ ਭੈਣ ਜੀ ਥੈਂਕ ਯੂ ਮਿਹਰਬਾਨੀ ਭੈਣ ਜੀ ਟੀਚਰ ਲੱਗਦੇ ਹੋ ਤੁਸੀਂ ਮੈਨੂੰ ਥੈਂਕ ਯੂ ਅਤੇ ਹਾਂਜੀ ਮੈਂ ਜਿਹੜੀ ਗੱਲ ਸੁਣਾ ਰਹੀ ਸੀ ਅੱਗੇ ਹੋ ਜਾਊ ਵੀ ਜਨਾਨੀ ਨੂੰ ਆਮ ਕਰਕੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਭੈਣ ਜੀ ਤੁਹਾਨੂੰ ਤਾਂ ਨਹੀਂ ਸ਼ਿਕਾਇਤ ਵੀਰ ਜੀ ਤੱਕ ਇਹ ਸ਼ਿਕਾਇਤ ਤਾਂ ਭਾਵੇਂ ਜੋ ਮਰਜ਼ੀ ਉਹ ਵਿਚਾਰਾ ਸੋਚ ਲੈਂਦਾ ਕਹਿੰਦਾ ਯਾਰ ਅੱਜ ਇਹਦਾ ਨਾਲ ਆ ਸੁਣਨਾ ਹੀ ਆਪਣੇ ਇੱਧਰਲੇ ਪੈਂਡੇ ਦੀ ਇੱਧਰਲੇ ਵੀ ਸੁਣ ਲੈਣ ਤਾਂ ਵਧੀਆ ਗੱਲ ਹੈ ਕੋਈ ਮਾੜੀ ਗੱਲ ਨਹੀਂ ਅਤੇ ਉਹ ਕਹਿੰਦਾ ਯਾਰ 35-33 ਸਾਲ ਹੋ ਗਏ ਵਿਆਹ ਨੂੰ ਅਤੇ ਮੈਨੂੰ ਆਏ ਸ਼ਿਕਾਇਤ ਕਰੀ ਜਾਂਦੀ ਹੈ ਅਤੇ ਉਹ ਹੁਣ ਉਹਦੇ ਕੋਲ ਸਕੂਟਰ ਹੈ ਜਾਂ ਸਾਈਕਲ ਹੈ ਉਹਨੇ ਜੋ ਉਹਦੇ ਦਿਮਾਗ 'ਚ ਆਇਆ ਥੋੜ੍ਹਾ ਬਹੁਤ ਖਰੀਦਿਆ ਅਤੇ ਗੇਟ ਦੇ ਮੂਹਰੇ ਸਾਈਕਲ ਲਾ ਕੇ ਹੁਣ ਅੰਦਰ ਵੱਲ ਨੂੰ ਆਉਂਦਾ ਅਤੇ ਉਹਦਾ ਜਿਹੜਾ ਵਿਚਾਰੀ ਦਾ ਰੂਟੀਨ ਦਾ ਕੰਮ ਸੀ ਨਹਾ ਧੋ ਕੇ ਜਦੋਂ ਸ਼ਾਮ ਤੱਕ ਦਾ ਵਿਹੜਾ ਹੋਇਆ ਅਤੇ ਉਹਨੇ ਆਲੂ ਮਟਰ ਮੰਜੇ 'ਤੇ ਧਰੇ ਆਲੂ ਇੱਕ ਪਾਸੇ ਰੱਖ ਕੇ ਅਤੇ ਮਟਰ ਛਿੱਲੀ ਜਾਂਦੀ ਹੈ ਬਾਹਲੇ ਧਿਆਨ ਨਾਲ ਘਰ ਵਾਲੇ ਆਏ ਦਾ ਕੋਈ ਪਤਾ ਨਹੀਂ ਵੀ ਆ ਗਿਆ ਹੁਣ ਅੱਗੇ ਬਾਣ ਦੇ ਮੰਜੇ ਹੁੰਦੇ ਸੀ ਪਿੰਡਾਂ 'ਚ ਉਹ ਦੌਣ 'ਤੇ ਆ ਕੇ ਬਹਿ ਗਿਆ ਹੌਲੀ ਇੱਕ ਦੇਣੇ ਕੋਈ ਪਤਾ ਨਹੀਂ ਲੱਗਿਆ ਮਟਰ ਕੱਢੀ ਜਾਂਦੀ ਹੈ ਉਹ ਥੋੜ੍ਹਾ ਜਿਹਾ ਭੈਣ ਜੀ ਹੋਰ ਨੇੜੇ ਹੋ ਗਿਆ ਕੋਈ ਪਤਾ ਨਹੀਂ ਲੱਗਿਆ
ਫਿਰ ਮਟਰ ਕੱਢੀ ਜਾਂਦੀ ਹੈ। ਉਹ ਥੋੜ੍ਹਾ ਜਿਹਾ ਕਹਿੰਦਾ ਕਮਲੀ ਨੂੰ ਪਤਾ ਨਹੀਂ ਲੱਗਿਆ, ਥੋੜ੍ਹਾ ਜਿਹਾ ਹੋਰ ਨੇੜੇ ਹੋ ਗਿਆ, ਉਹ ਹੁਣ ਇੱਥੇ ਬੈਠੀ ਹੈ। ਫਿਰ ਕੋਈ ਪਤਾ ਨਾ ਲੱਗਿਆ, ਕਹਿੰਦਾ ਕਮਲੀ ਨੂੰ ਪਤਾ ਨਹੀਂ ਲੱਗਿਆ ਮਟਰ ਕੱਢਣ 'ਚ ਬੀਜੀ ਹੈ। ਜਦੋਂ ਜਮਾਂ ਨੇੜੇ ਹੋ ਕੇ ਥੋੜ੍ਹੀ ਜਿਹੀ ਲੱਤ ਨਾਲ ਲੱਤ ਲੱਗੀ ਤੇ ਬੁੜਕ ਕੇ ਉੱਠੀ, ਕਹਿੰਦੀ ਕੀ ਹੈ ਪਰਾਂ ਕੇ ਮਾਰੋ। ਪਾਂਡਾ ਵਿਚਾਰਾ ਬੁੜਕ ਕੇ ਖੜਾ ਹੋ ਗਿਆ, ਕਹਿੰਦਾ ਯਾਰ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ, ਜਦੋਂ ਅਸੀਂ ਤੁਹਾਡੇ ਤੇ ਮਰਦੇ ਹਾਂ ਫਿਰ ਤੁਸੀਂ ਕਹਿੰਦੇ ਹੋ ਪਰਾਂ ਹੋ ਕੇ ਮਾਰੋ। ਕਹਿੰਦਾ ਜਦੋਂ ਅਸੀਂ ਤੁਹਾਡੇ ਤੇ ਨਹੀਂ ਮਰਦੇ ਫਿਰ ਤੁਸੀਂ ਪੁੱਛਦੇ ਹੋ ਕਿੱਥੇ ਮਰਿਆ ਸੀ। ਆਹ ਦੋ ਸਵਾਲਾਂ ਚ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ, ਆਹ ਦੋ ਸਵਾਲਾਂ, ਪਰ ਜ਼ਿੰਦਗੀ ਵਧੀਆ ਨਿਕਲਦੀ ਹੈ। ਇਹਦੇ ਨਾਲ ਜੀ ਬੋਲੇ ਨੀ ਬੰਬੀ ਹਾ ਬੋਲੇ ਸਰਦਾਰ ਦਲਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਸਰਦਾਰ ਪਰਮਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਸਰਦਾਰ ਮਨਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਸਾਡੇ ਲੱਖਾ ਜੀ ਚਾਹਲ ਸਾਹਿਬ, ਦੇਬਾ ਚਾਹਲ ਸਾਹਿਬ, ਅੱਛਾ ਚਾਹਲ ਫੈਮਿਲੀ ਇਕੱਠੀ ਹੋਈ ਹੈ ਜੀ। ਸੀਮਾ ਜੀ USA ਤੋਂ ਨੇ ਜੀ, ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਜੱਸਾ ਜੀ, ਰਾਜਾ ਚਾਹਲ ਜੀ USA ਤੋਂ ਨੇ ਜੀ, ਸਾਡੇ ਪੰਜਾਬੀ ਸਾਡੇ ਪਰਿਵਾਰ ਦੇ ਇੱਕ ਅੰਗ ਨੇ ਜੀ, ਲੋਕ ਗਾਇਕ ਨੇ ਸਾਡੇ ਵਾਂਗੂ ਲੱਖੀ ਗਿੱਲ ਜੀ, ਬਹੁਤ ਸਾਰਾ ਮਾਣ ਅਤੇ ਸਤਿਕਾਰ ਜਸਵੰਤ ਗਿੱਲ ਜੀ, ਬਹੁਤ ਸਾਰਾ ਮਾਣ ਅਤੇ ਸਤਿਕਾਰ ਕਰਦੇ ਨੇ। ਹਾਂਜੀ ਸੋਹਣਾ ਪੁੱਤ ਬਹੁਤ ਸਾਰਾ ਮਾਣ ਅਤੇ ਕਰਕੇ ਗਿਆ। ਹਾਂਜੀ ਬੰਬੀਹਾ ਮਿਰਜ਼ਾ 21-31 ਅਸੀਂ ਜਿਹਨਾਂ ਲਈ ਸਿਮਾਂ ਦੇ ਦਵਾਵਾਂ, ਨਖਰੋਂ ਪਾਉਂਦੀ ਬੋਲੀਆਂ ਹੱਥ ਸਿਮਟਾ ਫੜ ਕੇ ਪੰਜ ਕੱਲੇ ਜਲੇਬੀ ਨਾ ਖਾਓ, ਮੇਰੇ ਮੂੰਹ 'ਚ ਪਾਣੀ ਆਈ ਜਾਂਦਾ। ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਹੈ ਤਾਰੇ ਨੀ।
ਤਾਰਾਂ ਦੂਰ ਦੂਰ ਤੱਕ ਜੁੜੀਆਂ, ਮੇਨ ਸਵਿੱਚ ਕਿੱਥੇ ਹੈ ਆਹੀ ਨਹੀਂ ਪਤਾ ਲੱਗਦਾ। ਤਾਰਾਂ ਪਤਾ ਵੀ ਦੂਰ ਤੱਕ ਜੁੜੀਆਂ ਨੇ, ਪਰ ਮੇਨ ਸਵਿੱਚ ਕਿੱਥੇ ਹੈ ਇਹ ਥੋੜਾ ਜਿਹਾ ਉਹ ਲੈ। ਥੈਂਕ ਯੂ। ਭਰਿਆ ਉੱਤੇ ਮੇਰੀ ਲਾਗ ਆਉਂਦੀ
ਕਹਿੰਦੇ ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ, ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ, ਆਉਂਦਾ ਫਿਰ ਸਵਾਦ ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ, ਹੋਵੇ ਪੁੱਤ ਬਰਾਬਰ ਦਾ, ਹੋਵੇ ਪੁੱਤ ਬਰਾਬਰ ਦਾ, ਹੋਵੇ ਪੁੱਤ ਬਰਾਬਰ। Thank you.
dok 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 ਅੱਜ ਦਾ ਦੌਰ ਚੱਲ ਰਿਹਾ ਨਾ ਜਿੱਥੇ ਆਪਾਂ ਸਰਦਾਰ ਸਾਹਿਬ ਸੋਚਦੇ ਨੇ ਵੀ ਅਸੀਂ ਆਪਦੇ ਬੱਚੇ ਕਾਮਯਾਬ ਕਰਦੇ ਉਹਦੇ ਵਿੱਚ ਪੇਰੈਂਟਸ ਦੀ ਪਹਿਲਾਂ ਵੀ ਕੁਰਬਾਨੀ ਹੁੰਦੀ ਹੈ ਬਾਅਦ 'ਚ ਵੀ ਹੁੰਦੀ ਜਦੋਂ ਵਿਆਹੇ ਜਾਂਦੇ ਨੇ ਬੱਚੇ ਜਿਸ ਦਿਨ ਮਾਂ ਦੀ ਕੁੱਖ 'ਚ ਬੱਚਾ ਆ ਜਾਂਦਾ ਨਾ ਜੀ ਉਸ ਤੋਂ ਬਾਅਦ ਹੀ ਉਹਦੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਬਾਪ ਧਨ ਜੋੜਨਾ ਸ਼ੁਰੂ ਕਰ ਦਿੰਦਾ ਸੋਚਣ ਲੱਗ ਜਾਂਦਾ ਵੀ ਹੁਣ ਅਸੀਂ ਦੋ ਤੋਂ ਤਿੰਨ ਹੋ ਗਏ ਮੈਨੂੰ ਯਾਰ ਜ਼ਿੰਦਗੀ 'ਚ ਕੁਛ ਹੋਰ ਕਰਨਾ ਚਾਹੀਦਾ ਹੁਣ ਅਸੀਂ ਦੋ ਤੋਂ ਤਿੰਨ ਹੋ ਤੇ ਮਾਂ ਦੀ ਜ਼ਿੰਮੇਵਾਰੀ ਇਹ ਵੱਧ ਜਾਂਦੀ ਹੈ ਵੀ ਇਹ 9 ਮਹੀਨੇ ਮੇਰੀ ਕੁੱਖ 'ਚ ਹੈ ਅੱਛੀ ਸੋਚ ਵਾਲੀ ਮਾਂ ਗੁਰੂ ਦੇ ਲੜ ਲੱਗ ਜਾਂਦੀ ਹੈ ਕਿ ਪਰਮਾਤਮਾ ਜਿਵੇਂ ਮੈਂ ਬਾਣੀ ਪੜੂੰ ਉਹ ਭਾਵੇਂ ਗੀਤਾ ਹੋਵੇ ਭਾਵੇਂ ਉਹ ਕੁਰਾਨ ਹੋਵੇ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਵੀ ਮੈਂ ਜਿਵੇਂ ਜਿਵੇਂ ਤੇਰਾ ਨਾਂ ਲਵਾਂ ਉਵੇਂ ਉਹ ਬਾਣੀ ਦਾ ਅਸਰ ਮੇਰੇ ਬੱਚੇ 'ਚ ਹੋਵੇ ਅਤੇ ਉਹ ਖਾਣਾ ਪੀਣਾ ਵੀ ਉਸ ਹਿਸਾਬ ਨਾਲ ਕਰ ਦਿੰਦੀ ਹੈ ਜਿਹਦੇ ਨਾਲ ਉਹਦਾ ਬੱਚਾ ਕੁੱਖ ਦੇ ਅੰਦਰ ਹੈਲਦੀ ਰਹਿੰਦੀ ਜ਼ਿੰਮੇਵਾਰੀ ਦੋਨਾਂ ਦੀ ਸ਼ੁਰੂ ਹੋ ਜਾਂਦੀ ਫਿਰ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਕਈ ਵਾਰ ਸਾਲਾਂ ਬੱਧੀ ਆਪਦਾ ਕੱਪੜਾ ਨਹੀਂ ਕੋਈ ਖਰੀਦਦੇ ਵੀ ਚੱਲ ਇਹਨਾਂ ਦਾ ਚੱਲ ਸ਼ਾਇਦ ਇਹਨਾਂ ਦਾ ਇੱਕ ਦਿਨ ਉਹ ਬੱਚਿਆਂ ਦੇ ਪਾਰ ਆ ਜਾਂਦੇ ਨੇ ਬੱਚੇ ਥੈਂਕ ਯੂ ਪੁੱਤ ਥੈਂਕ ਯੂ ਬੇਟਾ ਥੈਂਕ ਯੂ ਕਾਮਯਾਬ ਹੋ ਜਾਂਦੇ ਬੜੀ ਸੁਣਨ ਵਾਲੀ ਗੱਲ ਹੈ ਪੇਰੈਂਟਸ ਲਈ ਖਾਸ ਕਰਕੇ ਮਾਂ ਬਾਪ ਲਈ ਫਿਰ ਕਿਸੇ ਦੇ ਬੱਚੇ USA ਚਲੇ ਜਾਂਦੇ ਨੇ ਕਿਸੇ ਦੇ ਬੱਚੇ ਕੈਨੇਡਾ ਚਲੇ ਜਾਂਦੇ ਨੇ ਕਿਸੇ ਦੇ ਬੱਚੇ ਆਸਟ੍ਰੇਲੀਆ ਚਲੇ ਜਾਂਦੇ ਨੇ ਕਿਸੇ ਦੇ ਬੱਚੇ ਬੰਬੇ ਚਲੇ ਜਾਂਦੇ ਨੇ ਕਿਸੇ ਦੇ ਬੱਚੇ ਦਿੱਲੀ ਚਲੇ ਜਾਂਦੇ ਨੇ ਮਾਂ ਬਾਪ ਜਿੱਥੋਂ ਸ਼ੁਰੂ ਹੋਏ ਸੀ ਦੋਨੇ ਇਕੱਲੇ ਉੱਥੇ ਫਿਰ ਰਹਿ ਜਾਂਦੇ ਨੇ ਉਹਨਾਂ ਦਾ ਇੰਤਜ਼ਾਰ ਕਰਦੇ ਕੋਈ ਉਹਨਾਂ ਦੇ ਫੋਨ ਦਾ ਇੰਤਜ਼ਾਰ ਕਰਦਾ ਕੋਈ ਉਹਨਾਂ ਦੇ ਮੈਸੇਜ ਦਾ ਇੰਤਜ਼ਾਰ ਕਰਦਾ ਸਾਰੀ ਉਮਰ ਇੱਕ ਮਾਂ ਦਾ ਤੇ ਇੱਕ ਬਾਪ ਦਾ ਸੰਘਰਸ਼ ਹੈ ਜਿਹੜਾ ਉਹ ਖਤਮ ਨਹੀਂ ਹੁੰਦਾ ਜਿਹੜਾ ਹੁਣ ਵਾਲਾ ਦੌਰ ਚੱਲ ਰਿਹਾ ਨਾ ਭੈਣ ਜੀ ਜਿਹੜਾ ਆਪਣੀ ਏਜ ਦੇ ਆ ਇਹ ਆਪਣਾ ਆਖਰੀ ਦੌਰ ਹੈ ਮਾਂ ਬਾਪ ਦੇ ਸਤਿਕਾਰ ਕਰਨ ਵਾਲਾ ਤੇ ਮਾਂ ਬਾਪ ਤੋਂ ਡਰਨ ਵਾਲਾ ਇਹ ਆਪਣੀ ਆਖਰੀ ਪੀੜ੍ਹੀ ਹੈ ਥੈਂਕ ਯੂ ਥੈਂਕ ਯੂ ਬੇਟਾ ਜਿਹੜੀ ਹਾਲੇ ਵੀ ਕਿਤੇ ਨਾ ਕਿਤੇ ਆਪਾਂ ਮਾਂ ਬਾਪ ਤੋਂ ਡਰਦੇ ਆ ਤੇ ਝੇਪ ਖਾ ਕੇ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਮਾਂ ਬਾਪ ਨੂੰ ਨਾਰਾਜ਼ ਨਹੀਂ ਕਰਨਾ ਆਪਣਾ ਪੁੱਛਣ 'ਚ ਕੀ ਹਰਜ ਜਾਂਦਾ ਹੈ ਆਪਣਾ ਥੈਂਕ ਯੂ ਪੁੱਛੇ ਆਈ ਮੇਰਾ ਗਲੋਟਾ ਵੀ ਆਪਣਾ ਸਤਿਕਾਰ ਕਰਨ
ਕੀ ਜਾਂਦਾ ਬਸ ਕੰਮ ਤਾਂ ਆਪਾਂ ਹੀ ਕਰਨਾ, ਉਹਨਾਂ ਨੂੰ ਪੁੱਛ ਲਾਂਗੇ ਉਹ ਖੁਸ਼ ਹੋ ਜਾਣਗੇ। ਇਹ ਆਪਣੀ ਭੈਣ ਜੀ ਆਖਰੀ ਪੀੜ੍ਹੀ ਹੈ, ਇਸ ਆਖਰੀ ਪੀੜ੍ਹੀ ਦੇ ਅੰਦਰ ਇੱਕ ਪਹਿਲੀ ਪੀੜ੍ਹੀ ਵੀ ਹੈ, ਮਾਂ ਬਾਪ ਦਾ ਸਤਿਕਾਰ ਕਰਨ ਵਾਲੀ ਆਖਰੀ ਪੀੜ੍ਹੀ ਤੇ ਬੱਚਿਆਂ ਤੋਂ ਬੇਇੱਜ਼ਤੀ ਕਰਾਉਣ ਵਾਲੀ ਪਹਿਲੀ ਪੀੜ੍ਹੀ। ਦੋ ਪੀੜ੍ਹੀਆਂ ਇਸ ਟਾਈਮ ਆਪਣੇ ਅੰਦਰ ਜਿਉਂਦੀਆਂ ਨੇ। ਕਹਿੰਦੇ ਜਦੋਂ ਬੱਚਾ ਉੱਚੀ ਆਵਾਜ਼ 'ਚ ਮਾਂ ਬਾਪ ਨਾਲ ਗੱਲ ਕਰਦਾ ਨਾ, ਉਦੋਂ ਸਹੀ ਮਾਇਨੇ 'ਚ ਮਾਂ ਬਾਪ ਖਤਮ ਹੋ ਜਾਂਦੇ। ਕਹਿੰਦੇ ਜਦੋਂ ਮਾਂ ਬਾਪ ਨੂੰ ਬੱਚੇ ਨਾਲ ਗੱਲ ਕਰਨ ਤੋਂ ਡਰ ਲੱਗਣ ਲੱਗਦੇ, ਮਾਂ ਬਾਪ ਨੂੰ ਬੱਚੇ ਨਾਲ ਕੋਈ ਗੱਲ ਸਾਂਝੀ ਕਰਨ ਤੋਂ ਡਰ ਲੱਗਣ ਲੱਗਦੇ, ਉਸ ਘਰੇ ਪਰਮਾਤਮਾ ਨਹੀਂ ਆ ਸਕਦਾ। ਇਹ ਸਮਝ ਲਓ ਵੀ ਉੱਥੋਂ ਰੱਬ ਰੁੱਸ ਗਿਆ, ਕਿਉਂਕਿ ਜਦੋਂ ਮਾਂ ਬਾਪ ਨਾ ਖੁਸ਼ ਨੇ ਤੇ ਰੱਬ ਆਪਣੇ ਆਪ ਰੁੱਸ ਗਿਆ। ਤੇ ਉੱਥੇ ਬੱਚੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਦੇਖਿਆ ਕਰਾ ਦੇ ਨਾ ਮੈਂ ਆਪਦੇ ਮਾਂ ਬਾਪ ਚੁੱਪ, ਮਾਂ ਬਾਪ ਥੋੜ੍ਹੀ ਚੁੱਪ ਕਰਾਏ, ਤੂੰ ਤਾਂ ਰੱਬ ਚੁੱਪ ਕਰਾਦਾ। ਤੇ ਜਦੋਂ ਕਹਿੰਦੇ ਰੱਬ ਚੁੱਪ ਹੋ ਜਾਂਦਾ ਨਾ, ਫਿਰ ਇਸ ਹੱਥ ਕਰ ਲੈ ਤੇ ਇਸ ਹੱਥ ਭਰ ਲੈ, ਦੀ ਵਿਹੜੀ ਬਹੁਤੀ ਦੂਰ ਨਹੀਂ ਰਹਿੰਦੀ, 20 ਸਾਲ ਹੀ ਰਹਿੰਦੇ ਹਾਲੇ, ਆਪਾਂ ਤਾਂ ਫਿਰ ਵੀ ਪੁੱਛ ਲੈਂਦੇ ਹਾਂ। ਤੇ ਉਹਨਾਂ ਨੇ ਤਾਂ ਜਦੋਂ ਉਹਨਾਂ ਦੇ ਮਾਂ ਬਾਪ 40-45 ਸਾਲ ਦੇ ਹੋਏ ਨੇ ਤਾਂ ਬਿਰਧ ਆਸ਼ਰਮ 'ਚ ਪਹਿਲਾਂ ਹੀ ਕਮਰੇ ਪੱਕੇ ਕਰਾਇਆ ਕਰਦੇ ਆ ਵੀ ਜੀ ਸਾਡੇ ਵਾਲੇ ਆਉਣ ਵਾਲੇ ਹੈ ਤੇ ਬਿਰਧ ਆਸ਼ਰਮ 'ਚ ਪੱਕੇ ਕਰੇ। ਹਾਲੇ ਵੀ ਅਸੀਂ ਸਾਡੇ ਸਰਕਲ 'ਚ ਜਿਹੜੀਆਂ ਮੇਰੀ ਉਮਰ ਦੀਆਂ ਮੇਰੀਆਂ ਫਰੈਂਡ ਨੇ, ਅਸੀਂ ਆਪਦੇ ਮਨ 'ਚ ਹੁਣੇ ਫੈਸਲਾ ਕਰ ਰੱਖਿਆ, ਅਸੀਂ ਕਿਸੇ 'ਤੇ ਆਸ ਨਹੀਂ ਰੱਖੀ, ਕੋਈ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਤੁਰਦੇ ਫਿਰਦੇ ਲੈ ਜੀ, ਕੰਮ ਕਰਦੇ ਲੈ ਜੀ, ਜੇ ਕਿਤੇ ਮੰਜੇ 'ਤੇ ਪੈਣਾ ਪਿਆ ਤਾਂ ਅਸੀਂ ਆਪਦੇ ਬੱਚਿਆਂ 'ਤੇ ਬੋਝ ਨਹੀਂ ਬਣਨਾ ਚਾਹੁੰਦੇ। ਕਿਉਂ? ਕਿਉਂਕਿ ਆਉਣ ਵਾਲਾ ਯੁੱਗ ਜੇ ਕਹਿੰਦੇ ਨਹੀਂ ਤਾਂ ਦਿਸਦਾ ਜ਼ਰੂਰ ਹੈ, ਜਿਹੜਾ ਆਉਣ ਵਾਲਾ ਯੁੱਗ ਹੈ। ਕਹਿੰਦੇ ਇੱਕ ਖਾਸ ਕਰਕੇ ਭੈਣ ਜੀ ਤੁਹਾਡੇ ਲਈ, ਮੈਂ ਵੀ ਤੁਹਾਡੇ ਵਿੱਚ ਹਾਂ, ਮੈਂ ਬੋਲ ਰਹੀ ਹਾਂ ਬਸ, ਪਰ ਕਹਿੰਦਾ ਮੈਂ ਤੁਹਾਡੇ ਵਿੱਚ ਹਾਂ ਇਸ ਟਾਈਮ, ਮੈਂ ਵੀ ਬੀਜੀ ਇਹ ਗੱਲ ਨੂੰ ਫਾਲੋ ਕਰਦੀ ਹਾਂ। ਕਹਿੰਦੇ ਇੱਕ ਬੇਟਾ ਆਪਦੇ ਬਾਪ ਨੂੰ ਹੋਟਲ 'ਚ ਲੈ ਗਿਆ, ਬਿਲਕੁਲ 85-90 ਸਾਲ ਦੇ, ਬਹੁਤ ਵੱਡੇ ਰੈਸਟੋਰੈਂਟ 'ਚ ਲੈ ਗਿਆ ਜਿੱਥੇ ਦੁਨੀਆ ਦਾ ਵਧੀਆ ਤੋਂ ਵਧੀਆ ਥੈਂਕ ਯੂ ਪੁੱਤ ਖਾਣਾ ਮਿਲਦਾ। ਹਾਂਜੀ 2 ਮਿੰਟ ਰੁਕ ਜਾਓ। ਉਹ ਹੁਣ ਬਾਪ ਨੂੰ ਖਵਾਵੇ, ਉਹਦਾ ਰੋਟੀ ਪਾਣੀ ਕਦੇ ਇੱਧਰੋਂ ਕਦੇ ਇੱਧਰੋਂ, ਤੇ ਨਾਲ ਦੇ ਟੇਬਲ ਵਾਲੇ ਜਿਹੜੇ ਬਾਹਲੇ ਪੜ੍ਹੇ ਲਿਖੇ ਸੀ ਨਾ, ਉਹ ਹੱਸਣ ਲੱਗ ਗਏ ਤੇ ਉਹਨੂੰ ਟੌਂਚ ਮਾਰੀ ਮੁੰਡੇ ਨੂੰ। ਕਹਿੰਦਾ ਜਦੋਂ ਇਹਨੂੰ ਖਾਣਾ ਹੀ ਨਹੀਂ ਆਉਂਦਾ ਸੀ ਤੂੰ ਰੈਸਟੋਰੈਂਟ 'ਚ ਕਿਉਂ ਲੈ ਕੇ ਆਇਆ, ਨਾਲ ਤਾਂ ਤੂੰ ਆਪਦਾ ਜਲੂਸ ਕਢਾਈ ਜਾਣਾ, ਆਪਦੀ ਬੇਇੱਜ਼ਤੀ ਕਰਾਈ ਜਾਣਾ, ਹੈ ਨਾ ਐਡੇ ਰੈਸਟੋਰੈਂਟ 'ਚ। ਕਹਿੰਦੇ ਤੂੰ ਆਪਦੇ ਬਾਪ ਨੂੰ ਕਿਉਂ ਲੈ ਕੇ ਆਇਆ ਜਿਹਦਾ ਹੱਥ ਨਹੀਂ ਚੱਲਦਾ ਪੈਰ ਨਹੀਂ ਚੱਲਦਾ ਤੇ ਖਾਣਾ ਮੂੰਹ ਥਾਣੀ ਡੁੱਲੀ ਜਾਂਦਾ ਤੈਨੂੰ ਵਾਰ ਵਾਰ ਸਾਫ਼ ਕਰਨਾ ਪੈਂਦਾ। ਉਹਨੇ ਬਾਪ ਨੂੰ ਉੱਥੇ ਬਿਠਾਇਆ, ਉਹ ਦੂਜੇ ਟੇਬਲ 'ਤੇ ਚਲਿਆ ਗਿਆ। ਕਹਿੰਦਾ ਜਦੋਂ ਤੂੰ ਜੰਮਿਆ ਸੀ 4 ਮਹੀਨੇ ਦਾ ਸੀ, ਤੇਰੇ ਦੰਦ ਰੱਬ ਨੇ ਪਹਿਲਾਂ ਹੀ ਦਿੱਤੇ ਸੀ, ਤੈਨੂੰ ਬੁੱਧੀ ਪਹਿਲਾਂ ਹੀ ਦਿੱਤੀ ਸੀ। ਕਹਿੰਦਾ ਸੇਮ ਜਦੋਂ ਆਪਾਂ ਪੈਦਾ ਹੋਏ ਸੀ ਤੇ ਇਸ ਟਾਈਮ ਦੋਨਾਂ ਦੀ ਸੇਮ ਕੰਡੀਸ਼ਨ ਹੈ। ਉਦੋਂ ਆਪਣੇ ਮਾਂ ਬਾਪ ਆਪਣਾ ਵਾਰ ਵਾਰ ਰੁਮਾਲ ਨਾਲ ਮੂੰਹ ਪੂੰਝਦੇ ਸੀ, ਆਪਾਂ ਖਾਂਦੇ ਸੀ, ਆਪਾਂ ਕਦੇ ਇਸ ਮੂੰਹ ਥਾਣੀ ਕੱਢ ਦਿੰਦੇ ਸੀ, ਕਦੇ ਇਸ ਖਾਖ ਥਾਣੀ ਕੱਢ ਦਿੰਦੇ ਸੀ, ਤੇ ਰੁਮਾਲ ਨਾਲ ਸਾਡੇ ਮਾਂ ਬਾਪ ਸਾਡਾ ਮੂੰਹ ਪੂੰਝਦੇ ਸੀ, ਤੇ ਜਿਵੇਂ ਜਿਵੇਂ ਸਾਡਾ ਮੂੰਹ ਲਿਬੜਦਾ ਸੀ ਸਾਡੇ ਮਾਂ ਬਾਪ ਖੁਸ਼ ਹੁੰਦੇ ਸੀ ਵੀ ਸਾਡਾ ਬੱਚਾ ਖਾਣਾ ਸਿੱਖ ਗਿਆ, ਸਾਡਾ ਬੱਚਾ ਖਾਣਾ ਸਿੱਖ ਗਿਆ। ਤੇ ਬੱਚੇ ਜਿਵੇਂ ਜਿਵੇਂ ਮਾਂ ਬਾਪ ਦਾ ਮੂੰਹ ਲਿਬੜਦਾ ਉਵੇਂ ਉਵੇਂ ਕ੍ਰੋਧੀ ਹੁੰਦੇ ਨੇ, ਉਵੇਂ ਉਵੇਂ ਅੰਦਰੋਂ ਗਾਲਾਂ ਦਿੰਦੇ ਨੇ, ਆਲਾ ਦੁਆਲਾ ਦੇਖ ਕੇ ਵੀ ਇਹ ਸਾਡੀ ਬੇਇੱਜ਼ਤੀ ਕਰਾਈ ਜਾਂਦੇ ਨੇ। ਕਹਿੰਦੇ ਆਪਾਂ ਆਪਦੇ ਲਈ ਤਾਂ ਜਿਉਂਦੇ ਹੀ ਨਹੀਂ ਸਰਦਾਰ ਸਾਹਿਬ, ਆਪਾਂ ਤਾਂ ਆਲੇ ਦੁਆਲੇ ਲਈ ਜਿਉਂਦੇ ਹਾਂ। ਇਨਸਾਨ ਦੀ ਇੱਕ ਫਿਤਰ ਤਾਂ ਸਾਰੀ ਉਮਰ ਅੰਨਾ ਰਵੇ ਤੇ ਰੱਬ ਨਾ ਕਰੇ ਉਹ ਤੇ ਮਿਹਰ ਹੋ ਜਾਏ, ਉਹਦੇ ਅੱਖਾਂ ਦਾ ਆਪਰੇਸ਼ਨ ਹੋ ਜਾਏ, ਉਹਨੂੰ ਦਿਸਣ ਲੱਗ ਜਾਏ, ਬੰਦਾ ਸਭ ਤੋਂ ਪਹਿਲਾਂ
ਉਹੀ ਸੋਟੀ ਸਿਰਦਾ ਜਿਹੜੀ ਉਹਨੂੰ 40 ਸਾਲਾਂ ਦੀ ਨਾਲ ਲਈ ਫਿਰਦੀ ਸੀ, 45 ਸਾਲਾਂ ਦੀ ਨਾਲ ਲਈ ਫਿਰਦੀ ਸੀ, ਜਿਹੜੀ ਹਰ ਟੋਏ ਟਿੱਬੇ ਤੋਂ ਉਹਨੂੰ ਬਚਾਉਂਦੀ ਸੀ। ਇਹ ਬੰਦੇ ਦੀ ਫਿਤਰਤ ਹੈ। ਬੰਦਾ ਉਸੇ ਬੰਦੇ ਨੂੰ ਸਭ ਤੋਂ ਪਹਿਲਾਂ ਛੱਡਦਾ ਜਿਹੜਾ ਉਹਦਾ ਜ਼ਿੰਦਗੀ ਦਾ ਸਾਥੀ ਹੁੰਦਾ। ਕਹਿੰਦੇ ਜਦੋਂ ਉਹਨੂੰ ਛੱਡਦਾ ਫਿਰ ਉਹਦੇ ਮਾੜੇ ਦਿਨਾਂ ਦੀ ਨਿਸ਼ਾਨੀ ਬਹੁਤੀ ਦੂਰ। ਹੁਣ ਦੋ ਗੀਤਾਂ ਦੀਆਂ ਫਰਮਾਇਸ਼ਾਂ ਨੇ ਜੀ, ਇੱਕ ਮਿਰਜ਼ਾ, ਇੱਕ 21 ਪੌਣ ਸ਼ਰੀਕ। ਆ ਤਾਂ ਕੁਆਂਟਲ ਜ਼ਿਆਦਾ ਹੀ ਚੱਕ ਦੋ, ਮਿਰਜ਼ਾ 21 ਪੌਣ ਸ਼ਰੀਕ ਅਤੇ ਸਾਡੇ ਬੀਬਾ ਜੀ ਹੈ ਪੰਜੇ ਚੀਜ਼ਾਂ ਪੂਰੀ। ਇੰਨਾ ਪੁਰਾਣਾ ਜੀ ਦੂਜਾ ਕਾਲਾ ਜੀ, ਸਰਦਾਰ ਚਰਨਜੀਤ ਸਿੰਘ USA ਤੋਂ ਜੀ, ਪੱਪੂ ਜੀ 500 ਰੁਪਏ, ਅਤੇ ਉਹਨਾਂ ਦੀ ਫਰਮਾਇਸ਼ ਹੈ ਪੰਜੇ ਚੀਜ਼ਾਂ ਪੂਰੀਆਂ। ਪਹਿਲਾਂ ਤਾਂ ਮੈਂ ਉਹਨਾਂ ਨੂੰ ਸਲਿਊਟ ਕਰਦੀ ਹਾਂ ਜਿਹਨਾਂ ਨੇ ਇਹ ਗਾਣਾ, ਮੇਰੀ ਪਹਿਲੀ ਟੇਪ ਦਾ ਗਾਣਾ ਅਤੇ ਪਹਿਲੀ ਵਾਰ ਮੈਂ ਟੈਲੀਵਿਜ਼ਨ 'ਤੇ ਇਸ ਗਾਣੇ ਨੂੰ ਲੈ ਕੇ ਆਈ ਸੀ, ਅਤੇ ਉਦੋਂ ਹੀ ਮੈਨੂੰ ਆਸ਼ੀਰਵਾਦ ਮਿਲਿਆ ਸੀ ਇਸ ਗਾਣੇ 'ਤੇ। ਜਿਹੜੇ ਡਾਇਰੈਕਟਰ ਸਾਹਿਬ ਮੇਰੇ ਖਿਆਲ ਉੱਤੇ ਬੈਠੇ ਸੀ, ਅਤੇ ਗੋਇਲ ਕੰਪਨੀ ਭਿੰਦਰ ਡਾਬਾਣੀ ਸਾਹਿਬ ਨੂੰ ਉਹਨਾਂ ਨੇ ਕਿਹਾ ਸੀ ਵੀ ਕੁੜੀ ਬਹੁਤ ਤਰੱਕੀ ਕਰੂਗੀ। ਮੈਂ ਪਹਿਲੀ ਵਾਰ ਇਹ ਗਾਣੇ ਨੂੰ ਲੈ ਕੇ ਗਈ ਸੀ, ਅਤੇ ਜਦੋਂ ਇਹ ਗਾਣਾ ਟੈਲੀਵਿਜ਼ਨ 'ਤੇ ਆਇਆ, ਮੈਂ ਇੱਕ ਛੋਟਾ ਜਿਹਾ ਪਿੰਡ 'ਚ ਪ੍ਰੋਗਰਾਮ ਲਾਈ ਜਾਂਦੀ ਸੀ, ਅਤੇ ਮੈਂ ਭੱਜ ਕੇ ਜਾ ਕੇ ਸਾਜੀਆਂ ਨੂੰ ਕਿਹਾ ਮੈਂ ਸਾਜ ਵਜਾਓ, ਮੈਂ ਮਾੜਾ ਜਿਹਾ ਮੂੰਹ ਦੇਖ ਆਵਾਂ ਵੀ ਮੈਂ ਟੈਲੀਵਿਜ਼ਨ 'ਚ ਕਿੱਦਾਂ ਦੀ ਲੱਗਦੀ ਹਾਂ। ਬਲੈਕ ਐਂਡ ਵਾਈਟ TV ਸੀ। ਪਰ ਜਦੋਂ ਨੂੰ ਮੈਂ ਭੱਜ ਕੇ ਜਾ ਕੇ ਦਰਵਾਜ਼ੇ ਵਾਲੇ ਘਰੇ ਵੜੀ, ਉਦੋਂ ਨੂੰ ਲਾਈਟ ਚਲੀ ਗਈ। ਅੱਜ ਤੱਕ ਮੈਂ ਉਹ ਗਾਣਾ ਬਾਈ ਫੇਸ ਟੈਲੀਵਿਜ਼ਨ 'ਤੇ ਦੇਖਿਆ, ਕਿਉਂਕਿ ਉਦੋਂ ਯੂਟਿਊਬ ਦਾ ਇਹਨਾਂ ਚੀਜ਼ਾਂ ਦਾ ਜ਼ਮਾਨਾ ਤਾਂ ਹੈ ਨਹੀਂ ਸੀ। ਇੱਕ ਵਾਰੀ ਗਾਣਾ ਟੱਪ ਗਿਆ, ਪਰ ਮੈਂ ਉਹਨਾਂ ਹਾਸਿਆਂ ਨੂੰ ਸਲੂਟ ਕਰਦੀ ਹਾਂ ਵੀ ਇੰਨਾ ਪੁਰਾਣਾ ਗਾਣਾ ਉਹਨਾਂ ਨੇ ਯਾਦ ਰੱਖਿਆ। ਲੈ ਚੱਕ ਲੈ ਯਾਰਾ ਵੀ ਤੇਰੀਆਂ ਪੰਜੇ ਚੀਜ਼ਾਂ ਪੂਰੀਆਂ। ਲੈ ਫੜ ਗਜ਼ਰਾ ਗਲੀ ਦੀ ਗਾਣੀ ਅੱਗੇ ਨਿਸ਼ਾਨੀਆਂ ਵੀ ਬੰਦਿਆਂ ਵਰਗੀਆਂ ਭੋਲੀਆਂ ਹੁੰਦੀਆਂ ਸੀ, ਹੁਣ ਤਾਂ ਆਈਫੋਨ ਤੋਂ ਘੱਟ ਨਿਸ਼ਾਨੀ ਹੈ, ਹੀਰੇ ਦੀ ਅੰਗੂਠੀ ਤੋਂ ਘੱਟ ਨਿਸ਼ਾਨੀ ਹੈ। ਅੱਗੇ ਜਿਵੇਂ ਪਿਆਰ ਭੋਲਾ ਸੀ, ਉਦੋਂ ਨਿਸ਼ਾਨੀਆਂ ਵੀ ਭੋਲੀਆਂ ਹੁੰਦੀਆਂ ਸੀ, ਹੁਣ ਜਿਵੇਂ ਜਿਵੇਂ ਪਿਆਰ ਐਕਟਿਵ ਹੈ, ਪਿਆਰ ਚੁਸਤ ਹੈ, ਉਵੇਂ ਉਵੇਂ ਨਿਸ਼ਾਨੀਆਂ ਵੀ ਮਹਿੰਗੀਆਂ ਹੀ ਹੈ। ਕਹਿੰਦੇ ਜਦੋਂ ਤੁਹਾਡਾ ਲਵਰ ਜਾਂ ਤੁਹਾਡੀ ਗਰਲਫ੍ਰੈਂਡ ਤੁਹਾਡੇ ਤੋਂ ਗਿਫਟ ਮੰਗਣ ਲੱਗਦੇ, ਉਦੋਂ ਤੁਹਾਡੇ ਦਿਲ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਤੁਹਾਨੂੰ ਪਿਆਰ ਨਹੀਂ ਕਰਦੀ, ਜਲਦੀ ਵਾਪਸ ਹੋ ਜਾਓ। ਜਦੋਂ ਤੁਹਾਡੀ ਮਿਸਿਜ ਤੁਹਾਡੀ ਜੇਬ ਤੋਂ ਜ਼ਿਆਦਾ ਖਰਚਾ ਕਰਨ ਲੱਗਦੇ, ਉਦੋਂ ਇਹ ਸੋਚ ਲਓ ਵੀ ਮੈਂ ਬਾਹਲੀ ਤਰੱਕੀ ਨਹੀਂ ਕਰ ਸਕਦਾ, ਬਸ ਦਾਲ ਫੁਲਕਾ ਚੱਲਦਾ ਰਹੂ। ਜਦੋਂ ਤੁਹਾਡੀ ਔਲਾਦ ਮਾਂ ਬਾਪ ਦੀ ਜੇਬ ਤੋਂ ਅੜੀ ਨਾਲ ਜ਼ਿਆਦਾ ਖਰਚ ਕਰਵਾਉਣ ਲੱਗ ਜਾਏ, ਉਦੋਂ ਇਹ ਸੋਚ ਲੈਣਾ ਚਾਹੀਦਾ ਵੀ ਬੁਢਾਪੇ 'ਚ ਮੈਨੂੰ ਸੁੱਖ ਨਹੀਂ ਮਿਲਦਾ, ਆਪਦੇ ਸਰੀਰ ਨੂੰ ਹੁਣੇ ਸਾਂਭ ਲਾ, ਜਿਹੜੇ 4 ਪੈਸੇ ਆ ਹੁਣੇ ਜਮ੍ਹਾਂ ਕਰ ਲਾ। ਇਹ ਗੱਲਾਂ ਕੌੜੀਆਂ ਜ਼ਰੂਰ ਨੇ, ਪਰ ਸੱਚੀਆਂ ਇਹ ਭੁਲੇਖੇ ਕੱਢ ਦਿਓ, ਜਿੰਨੇ ਭੁਲੇਖੇ ਕੱਢ ਦਾਂਗੇ ਓਨੀ ਸੌਖੀ ਜ਼ਿੰਦਗੀ ਹੈ ਕੱਢ ਲੈਣ। ਲੈ ਫੜ ਗਜ਼ਰਾ ਗਲੀ ਦੀ ਗਾਣੀ ਝਾਂਜਰ ਤੇ ਰੁਮਾਲ ਨਿਸ਼ਾਨ, ਲੈ ਫੜ ਗਜ਼ਰਾ ਗਲੀ ਦੀ ਗਾਣੀ
ਲੈ ਗੜ ਲੈ ਯਾਰਾ ਲੈ ਪੰਜੇ ਚੀਜ਼ਾਂ ਪੂਰੀਆਂ ਲੈ ਚੱਕ ਲੈ ਯਾਰਾ ਜਿਨ੍ਹਾਂ ਨੇ ਇੰਨਾ ਪੁਰਾਣਾ ਗਾਣਾ, ਮੇਰਾ ਖਿਆਲ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਸੁਣਨ ਵਾਲਾ। ਕਹਿੰਦੇ ਗਾਇਕੀ ਕਦੇ ਮਾੜੀ ਨਹੀਂ ਹੁੰਦੀ, ਸਮੇਂ ਨਾਲ ਸਾਜ਼ ਬਦਲਦੇ ਰਹਿੰਦੇ ਨੇ। ਗਾਇਕੀ ਤਾਂ ਉਹ ਹੀ ਫੋਕ ਗਾਇਕੀ ਹੈ। ਹਾਂ, ਥੋੜ੍ਹਾ ਜਿਹਾ ਕਹਿ ਦਿੰਦੇ ਵੀ ਤੇਰਾ ਜੱਟ ਜੇ ਕਰ ਦੂ, ਜੱਟ ਬੋਹ ਕਰ ਦੂ, ਜੱਟ ਕੋਲੇ ਦਨਾਲੀ ਹੈ, ਜੱਟ ਕੋਲੇ ਜੇ ਹੈ, ਜੱਟ ਕੋਲੇ ਬੋਹ ਹੈ। ਸਹੀ ਮਾਇਨੇ 'ਚ ਜੱਟ ਦਾ ਮੀਨਿੰਗ ਹੀ ਨਹੀਂ ਪਤਾ ਵੀ ਜੱਟ ਹੈ ਕੀ। ਜੱਟ ਕੋਈ ਕਾਸਟ ਨਹੀਂ ਹੈ, ਪਰ ਉਦੋਂ ਪਹਿਲਾਂ ਚਰਨਜੀਤ ਸਿੰਘ ਪੱਪੂ ਜੀ ਕਿੱਥੇ ਨੇ ਜੀ? USA ਬੈਠੇ ਨੇ ਜੀ। ਅੱਛਾ, ਇੱਕ ਪੱਪੂ ਜੀ ਆਹ ਵੀ ਬੈਠੇ ਨੇ ਨਾ ਵੀ ਚਿੱਟੇ ਕੁੜਤੇ ਪਜਾਮੇ ਵਾਲੇ। ਇਹਨਾਂ ਦੇ ਇੰਨਾ ਬਿਜ਼ਨਸ ਹੈ ਨਾ ਜੀ, ਇੰਨਾ ਬਿਜ਼ਨਸ ਹੈ ਇਹਨਾਂ ਦਾ। ਆਹ ਜਿਹੜੇ ਪਿੱਛੇ ਬੈਠੇ ਆ ਪੱਪੂ ਜੀ, ਪੱਪੂ ਦਾ ਢਾਬਾ, ਪੱਪੂ ਗੋਲ ਗੱਪਿਆਂ ਵਾਲਾ, ਸਾਡੇ SDO ਸਾਹਿਬ ਗੁਰਨਾਮ ਸਿੰਘ ਬਾਜਵਾ ਸਾਹਿਬ, ਉਹਨਾਂ ਦੇ ਨਾਲ ਜਿੰਨੇ ਵੀ ਸਿੱਧੂ ਸਰ, ਬਹੁਤ ਸਾਰਾ ਮਾਣ ਤੇ ਸਤਿਕਾਰ ਕਰਦੇ ਨੇ। ਥੈਂਕ ਯੂ ਸਰ, ਥੈਂਕ ਯੂ ਸਰ। ਸਰਦਾਰ ਸਰਦੂਲ ਸਿੰਘ, ਬਹੁਤ ਸਾਰਾ ਮਾਣ, 500 ਰੁਪਏ ਸਾਡੀ ਚੁੜੀ 'ਚ ਪਾਰਟੀ ਦਾ ਮਾਣ ਕਰਕੇ ਗਏ ਨੇ। ਸਾਡੇ SDO ਸਾਹਿਬ, ਉਹਨਾਂ ਦੇ ਨਾਲ ਜਿੰਨੀਆਂ ਵੀ ਸਤਿਕਾਰਯੋਗ ਹਸੀਆਂ, ਬਹੁਤ ਸਾਰਾ ਮਾਣ ਕਰਕੇ ਗਈਆਂ ਨੇ ਜੀ। ਅਸੀਂ ਤਹਿ ਦਿਲੋਂ ਸ਼ੁਕਰ ਗੁਜ਼ਾਰ। ਕਹਿੰਦੇ ਜ਼ਿਗਰਾ ਵੀ ਹੋਣਾ ਚਾਹੀਦਾ ਨਾ ਕੱਲੀ ਡੌਲਿਆਂ 'ਚ ਜਾਣ ਚਾਹੀਦੀ, ਜ਼ਿਗਰਾ ਵੀ ਹੋਣਾ ਚਾਹੀਦਾ ਨਾ ਕੱਲੀ ਡੌਲਿਆਂ 'ਚ ਜਾਣ ਚਾਹੀਦੀ, ਭੇਡ ਚਾਲ ਵਿੱਚ ਨਹੀਂ ਉਹ ਤੁਰੀ ਦਾ ਇੱਕ ਵੱਖਰੀ ਪਛਾਣ ਚਾਹੀਦੀ। ਚੜ੍ਹਦੀ ਜਵਾਨੀ ਵਾਲਾ ਦੌਰ ਮਿੱਤਰੋ, ਮਾਰ ਵੇਲੀਆਂ ਏਦਾਂ ਨਹੀਂ ਗਵਾਉਣਾ ਚਾਹੀਦਾ। ਕਹਿੰਦੇ ਜਿਹੜਿਆਂ ਕੰਮਾਂ ਨੂੰ ਲੋਕ ਹੱਥ ਨਹੀਂ ਉਹ ਪਾਉਂਦੇ, ਕੋਈ ਇਹੋ ਜਿਹਾ ਕੰਮ ਕਰਕੇ ਵਿਖਾਉਣਾ ਚਾਹੀਦਾ, ਜਿਹੜਿਆਂ ਕੰਮਾਂ ਨੂੰ ਲੋਕ ਤੌਬਾ ਕਰਦੇ, ਕੋਈ ਇਹੋ ਜਿਹਾ ਕੰਮ ਕਰਕੇ ਵਿਖਾਉਣਾ ਚਾਹੀਦਾ। ਭੈਣ ਜੀ, ਹੁਣ ਤੁਹਾਡੀ ਰਿਸ਼ਤੇਦਾਰੀ 'ਚ ਕੋਈ ਵਿਆਹ ਸ਼ਾਦੀ ਹੈ? ਮਿਰਜ਼ਾ ਜੀ, ਉਸ ਬਾਰੇ ਪਹਿਲਾਂ 21 ਪਾ ਦਿੰਦੀ ਫਿਰ ਵੀ ਬਸ, ਪਹਿਲਾਂ ਮਿਰਜ਼ਾ 21 ਆ। ਪੱਪੂ ਜੀ ਉੱਠਿਓ ਮਾੜਾ ਜਾ,
ਕਿੰਨੇ ਤਕੜੇ ਬਿਜ਼ਨਸ ਨੇ ਧੰਨਾ ਮੈਂ ਨਿਹਾਲ ਹੋ ਜਾਂਦੀ ਹਾਂ ਜਦੋਂ ਸੜਕਾਂ 'ਤੇ ਜਾਂਦੀ ਹਾਂ ਥੈਂਕ ਯੂ ਬੇਟਾ ਪੱਪੂ ਚਾਟ ਵਾਲਾ ਪੱਪੂ ਟੀ ਸਟਾਲ ਪੱਪੂ ਦਾ ਢਾਬਾ ਪੱਪੂ ਟਿੱਕੀ ਵਾਲਾ ਮੈਂ ਤਾਂ ਬਸ ਸ਼ੌਕ ਨਾਲ ਹੀ ਗਾਉਂਦੀ ਹਾਂ ਜੀ ਇਹਨਾਂ ਦੇ ਬਿਜ਼ਨਸ ਹੀ ਮਾਰੇ ਨੇ ਹੈਨਾ ਪੱਪੂ ਟੀ ਸਟਾਲ ਚਾਹ ਵੀ ਫ੍ਰੀ ਮਿਲ ਜਾਂਦੀ ਟਿੱਕੀਆਂ ਵੀ ਫ੍ਰੀ ਮਿਲ ਜਾਂਦੀਆਂ ਨੇ ਪਰ ਮੈਂ ਕਹਿੰਦੀ ਹਾਂ ਨਾ ਜੀ ਰੱਬ ਸੱਚੀ ਜੋੜੀਆਂ ਉੱਤੋਂ ਬਣਾਉਂਦਾ ਜੀ ਪੰਡਿਤ ਗ੍ਰਹਿ ਮਿਲਾ ਦੇ ਪਰ ਨੇਚਰ ਨਹੀਂ ਮਿਲਾ ਸਕਦਾ ਕਹਿੰਦੇ ਨੇ ਜੀ ਇੰਨੇ ਪਰਸੈਂਟ ਗ੍ਰਹਿ ਮਿਲਦੇ ਨੇ ਕਿਤੇ ਵੀ ਚਲੇ ਜਾਓ ਆਮ ਕਰਕੇ ਹੁਣ ਕੁੰਡਲੀਆਂ ਮਿਲਾਉਣ ਲੱਗ ਗਏ ਆਪਾਂ ਤੁਸੀਂ ਮਿਲਾ ਦਿਓ ਵੀ ਇੰਨੇ ਪਰਸੈਂਟ ਮਿਲਦੀਆਂ ਨੇ ਪਰ ਜਿਹੜੇ ਸੁਭਾਅ ਹੈ ਤੁਸੀਂ ਸੋਚੋਗੇ ਵੀ ਜਿੰਨਾ ਸਾਡਾ ਬੈਸਟ ਕਪਲ ਗਿਣਿਆ ਗਿਆ ਜਿਉਂਦੇ ਰਹਿਣ ਜਿਹੜੇ ਵਿੱਚੋਂ ਵਿੱਚ ਗੋਡੇ ਗੋਡੇ ਸੜਦੇ ਨੇ ਜਿਉਂਦੇ ਰਹਿਣ ਪੁੱਤੋ ਬਸ ਸੜਦੇ ਹੀ ਰਹਿਣ ਪਰ ਜਿਉਂਦੇ ਰਹਿਣ ਉਹਨਾਂ ਦੀ ਫਰਮਾਇਸ਼ ਹੈ ਜੀ ਮੈਂ ਕਿਹੜੀ ਗੱਲ ਸੁਣਾਂ ਨੇਚਰ ਵਾਲੀ ਗੱਲ ਲੋਕਾਂ ਨੂੰ ਐਂ ਲੱਗਦਾ ਵੀ ਬਹੁਤ ਬੈਸਟ ਕਪਲ ਨੇ ਹੈ ਬੈਸਟ ਕਪਲ ਪਰ ਸਾਡੇ ਸੁਭਾਅ ਦਾ ਜਿਵੇਂ ਅਸਮਾਨ ਦਾ ਫਰਕ ਹੈ ਸੱਚੀ ਬਾਬਾ ਜੀ ਦੀ ਦਰਗਾਹ 'ਤੇ ਖੜੇ ਸਾਡੀ ਨੇਚਰ ਦਾ ਰਿੰਕੂ ਜਿਵੇਂ ਅਸਮਾਨ ਦਾ ਫਰਕ ਹੈ ਤੁਸੀਂ ਸੋਚੋਗੇ ਦੁਨੀਆਂ 'ਚ ਅਸੀਂ ਬੈਸਟ ਕਪਲ ਗਿਣੇ ਜਾਂਦੇ ਹਾਂ ਕਿਉਂ ਨੇਚਰ ਬਿਲਕੁਲ ਨਹੀਂ ਮਿਲਦੀ ਖਾਣਾ ਪੀਣਾ ਬਿਲਕੁਲ ਨਹੀਂ ਮਿਲਦਾ ਆਪੋਜ਼ਿਟ ਹਾਂ ਅਸੀਂ ਇੱਕ ਦੂਜੇ ਤੋਂ ਪਰ ਅਸੀਂ ਦੁਨੀਆਂ ਦੇ ਬੈਸਟ ਕਪਲ ਗਿਣੇ ਜਾਂਦੇ ਹਾਂ ਕਿਉਂ ਕਿਉਂਕਿ 99% ਮਨ ਮੈਨੂੰ ਮਾਰਨਾ ਪੈਂਦਾ ਤਾਂ ਕਹਿੰਦੇ ਬੈਸਟ ਕਪਲ ਭੈਣ ਜੀ ਜੇ ਕਹਾਉਣਾ ਨਾ ਵਧੀਆ ਜੋੜੀ ਕਹਾਉਣੀ ਹੈ ਤਾਂ ਰੱਬ ਅੱਗੇ ਉੱਠ ਕੇ ਇੱਕੋ ਹੀ ਅਰਦਾਸ ਕਰਿਆ ਕਰੋ ਵੀ ਜਿਹੜੀ ਸਵੇਰੇ ਗੱਲ ਕਹਿਤੀ ਪਰਮਾਤਮਾ ਸ਼ਾਮ ਨੂੰ ਭੁੱਲ ਜਾ ਮੇਰੀ ਮੈਮਰੀ ਇਹੀ ਜਿਹੀ ਬਣਾ ਦੇ ਵੀ ਜਿਹੜੀ ਗੱਲ ਸ਼ਾਮ ਨੂੰ ਕਹਿਤੀ ਉਹ ਮੈਂ ਸਵੇਰੇ ਭੁੱਲ ਜਾ ਮੈਨੂੰ ਯਾਦ ਹੀ ਨਾ ਰਹੇ ਕੁਝ ਫਿਰ ਬੈਸਟ ਕਪਲ ਬਣਦੇ ਆ ਜੀ ਫਿਰ ਦੁਨੀਆਂ ਇੱਕ ਮੋਹਰ ਲਾਉਂਦੀ ਹੈ ਬੈਸਟ ਕਪਲ ਦੀ ਹੁਣ ਮੈਂ ਸ਼ਾਮ ਨੂੰ ਜੇ ਕੱਦੂ ਬਣਾਉਣਾ ਉਹਦੇ ਵਿੱਚ ਹੀ ਪਿਆਜ਼ ਸੁੱਟ ਦੇਣਾ ਉਹਦੇ ਵਿੱਚ ਹੀ ਥੋੜ੍ਹੀ ਜਿਹੀ ਲਸਣ ਸੁੱਟ ਦੇਣੀ ਉਹਦੇ ਵਿੱਚ ਹੀ ਮਸਾਲਾ ਸੁੱਟ ਦੇਣਾ ਮੇਰੀ ਸਬਜ਼ੀ ਅੱਡ ਹੀ ਹੁੰਦੀ ਹੈ ਉਬਲੀ ਹੋਈ ਅਤੇ ਜਨਾਬ ਦਾ ਪੂਰਾ ਤੜਕ ਛੱਡ ਕੇ ਆਈ ਹੁੰਦੀ ਲੂਣ ਮਿਰਚ ਇੱਧਰ ਸਲਾਦ ਇੱਧਰ ਦਾਲ ਵਾਲੀ ਦਾਲ ਇੱਧਰ ਸਬਜ਼ੀ ਖਾ ਖੂ ਕੇ ਜਿੱਦਣ ਕਿਤੇ ਇੱਕ ਫੁਲਕਾ ਘੱਟ ਖਾਧਾ ਜਾਵੇ ਮੈਂ ਕਹਿੰਦਾ 3 ਮਿੰਟ ਨਹੀਂ ਨਿਕਲਦੇ ਨਾਲ ਦੀ ਨਹੀਂ ਫਰਿੱਜ ਖੋਲ੍ਹ ਲੈਂਦੇ ਮੈਂ ਕਿਹਾ ਵੀ ਹੁਣ ਕੀ ਲੱਭੀ ਜਾਂਦੇ ਹੋ ਅੰਬ ਦੇਖਦਾ ਸੀ ਵੀ ਜੇ ਪਏ ਹੈ ਤਾਂ ਖਾ ਲਿਆ ਅੰਬ ਉਹ ਫਿਰ ਅੰਬ ਇੱਕ ਅੱਧਾ ਥੋੜ੍ਹੀ ਜਾਂਦਾ ਸਰਦਾਰ ਸਾਹਿਬ ਢਿੱਡ 'ਚ ਉਹ ਪਲੇਟ ਧੋ ਕੇ ਨਾ ਸਾਫ ਤਾਂ ਅੰਬਾਂ ਦੀ ਰੱਖਣੀ ਹੈ ਕੱਟ ਕੇ ਸਾਨੂੰ ਸਵਾਦ ਨਹੀਂ ਲੱਗਦਾ ਉਹ 5-6 ਕਿਲੋ ਤਾਂ ਹੁੰਦੇ ਆ ਜੀ ਆਰਾਮਦਾਰ ਉਹ ਖਾ ਕੇ ਫਿਰ ਕਹਿੰਦੇ ਮੈਂ ਮਾੜਾ ਜਿਹਾ ਗੇੜਾ ਦੇ ਲਾ ਫਿਰ ਜਨਾਬ ਗੇੜਾ ਦੇਣ ਨਿਕਲਦੇ ਨੇ ਮੈਂ 1000 ਕਦਮ ਤੁਰੂ ਅਤੇ ਜਨਾਬ ਫਿਰ ਤੁਰਦੇ ਆ ਗੇੜਾ ਦਿੰਦੇ ਭੈਣ ਜੀ ਖੁਰਾਕ ਹਾਜ਼ਮ ਕਰਦੇ ਆ 5-7 ਕਦਮ ਤੁਰੇ ਚੰਗਾ ਜਸਵਿੰਦਰ ਤੂੰ ਤੁਰਿਆ ਮੈਂ ਜਾ ਕੇ ਟੈਲੀਵਿਜ਼ਨ ਦੇਖ ਲੈ ਜਦੋਂ ਆਪੋਜ਼ਿਟ ਆਦਤਾਂ ਹੁੰਦੀਆਂ ਨੇ ਉਦੋਂ ਇੱਕ ਨੂੰ 50%, ਇੱਕ ਨੂੰ 60%, ਇੱਕ ਨੂੰ 70%, ਇੱਕ ਨੂੰ 30% ਕੰਪਰੋਮਾਈਜ਼ ਕਰਨੇ ਪੈਂਦੇ ਫਿਰ ਜ਼ਿੰਦਗੀ ਤੁਰਦੀ ਹੈ ਕਹਿੰਦੇ ਨੈਗੇਟਿਵ ਪੁਆਇੰਟ ਕਦੇ ਨਾ ਦੇਖਿਓ ਜਿਹੜੇ ਪੋਜ਼ਿਟਿਵ ਹੈ ਉਹ ਵੇਖਿਓ
ਫਿਰ ਤੁਹਾਡੀ ਜ਼ਿੰਦਗੀ ਸੌਖੀ ਨਿਕਲੂ। ਜੇ ਮਿਰਚਾਂ ਖਾਂਦੇ, ਜੇ ਮੈਂ ਸੋਚਾਂ ਮੈਂ ਤਾਂ ਬਿਨਾਂ ਮਿਰਚਾਂ ਦੀ ਸਬਜ਼ੀ ਖਾਂਦੀ ਹਾਂ, ਤੁਸੀਂ ਮਿਰਚਾਂ ਖਾਂਦੇ ਹੋ, ਫਿਰ ਸਾਡੀ ਸਾਰੀ ਉਮਰ ਲੜਾਈ ਹੁੰਦੀ ਰਹੂ। ਬੈਟਰੀ ਵੀ ਇਹ ਇਹਨਾਂ ਦੀ ਨੇਚਰ ਹੈ, ਮਿਰਚਾਂ ਖਾਂਦੇ, ਮੈਂ ਮਿਰਚ ਨਹੀਂ ਖਾਂਦੀ, ਇਹ ਮੇਰਾ ਪਰਮਾਤਮਾ ਨੇ ਸੁਭਾਅ ਬਣਾਇਆ। ਹੁਣ ਮਿੱਠਾ ਭਾਵੇਂ ਗੁਲਾਬ ਜਾਮਣਾ ਦਾ ਡੱਬਾ ਰੱਖ ਦਿਓ ਫਰਿੱਜ 'ਚ, ਪੰਜ ਘੰਟੇ ਸ਼ਰਤ ਲਾ ਲਓ, 5 ਘੰਟਿਆਂ ਬਾਅਦ ਤੁਸੀਂ ਫਰਿੱਜ 'ਚ ਦੇਖ ਲਓ ਅੱਧੀ ਕੁ ਗੁਲਾਬ ਜਾਮਣ ਪਈ ਹੋਈ, ਉਹ ਵੀ ਜਦੋਂ ਇੱਥੇ ਨੱਕ 'ਤੇ ਆ ਗਈ ਜਾਂਦੀ ਹੋਈ। ਜਦੋਂ ਮੈਂ ਕਹਿ ਦੂੰ ਵੀ ਸਿੱਧੂ ਸਾਹਿਬ ਮਾੜਾ ਜਿਹਾ ਖੇਚਲ ਕਰ ਲਓ, ਬੋਡੀ ਨੂੰ ਸੰਭਾਲ ਲਓ, ਇਹ ਰੋਜ਼ ਰੋਜ਼ ਨਹੀਂ ਮਿਲਦੀ, ਫਿਰ ਨਾਲ ਦੀ ਨਾਲ ਢਿੱਡ ਕੱਸ ਲੈਣ ਗਏ, ਕੱਸ ਲੈਣ ਗਏ, ਲੈ ਕਿੱਥੇ ਆ, ਉਹ ਨਹੀਂ ਲੱਗਦਾ ਅੱਗੇ ਨਾਲ ਤਾਂ ਕਿੰਨਾ ਘੱਟ ਗਿਆ। ਅਤੇ ਵੀ ਅੱਜ ਫੋਟੋ ਖਿੱਚ ਲਓ ਜੀ, 2 ਸਾਲਾਂ ਬਾਅਦ ਮੈਨੂੰ ਪ੍ਰੋਗਰਾਮ ਜ਼ਰੂਰ ਬੁੱਕ ਕਰਾ ਦਿਓ, ਅਤੇ ਫਿਰ ਆਪਾਂ ਢਿੱਡ ਢਿੱਡ ਮੰਨਣਾ। ਹੁਣ ਤਾਂ ਨਾ ਵੀ ਮੈਂ ਰੈਡੀਮੇਡ ਕੱਪੜੇ ਹੀ ਲਿਆਉਣੋਂ ਹਟ ਗਈ, ਹੁਣ ਮੈਂ ਸਵਾਉਣ ਲੱਗ ਗਈ। ਇਹ ਗੱਲ ਮੈਂ ਤੁਹਾਨੂੰ ਤਾਂ ਸੁਣਾਉਂਦੀ ਹਾਂ ਵੀ ਕਈ ਵਾਰ ਵਧੀਆ ਜ਼ਿੰਦਗੀ ਕੱਟਣ ਲਈ ਕੁਛ ਕੁ ਮੇਰੇ 'ਚ ਚੀਜ਼ਾਂ ਨੇ, ਕੁਛ ਕੁ ਇਹਨੇ 'ਚ ਚੀਜ਼ਾਂ ਨੇ, ਉਹ ਚੀਜ਼ਾਂ ਇਹ ਇਗਨੋਰ ਕਰਦੇ ਨੇ। ਬਹੁਤੀਆਂ ਚੀਜ਼ਾਂ ਮੈਂ ਇਗਨੋਰ ਕਰਦੀ ਹਾਂ, ਬਹੁਤੀਆਂ ਚੀਜ਼ਾਂ ਇਹ ਇਗਨੋਰ ਕਰਦੇ ਨੇ, ਫਿਰ ਜਾ ਕੇ ਜ਼ਿੰਦਗੀ ਹੈ ਜਿਹੜੀ ਸੁਖਾਲੀ ਨਿਕਲਦੀ। ਆਪਣੇ 'ਚ ਫਰਕ ਪਤਾ ਕੀ ਹੈ, ਜੇ ਆਪਣੀ ਬੇਟੀ ਗਲਤੀ ਕਰਦੀ ਹੈ ਤਾਂ ਆਪਾਂ ਕਹਿੰਦੇ ਛੋਟੀ ਹੈ ਹਾਲੇ, ਦੁਨੀਆਂ ਦੀ ਸਮਝ ਨਹੀਂ। ਜੇ ਉਸੇ ਉਮਰ 'ਚ ਆਪਣੀ ਨੂੰਹ ਗਲਤੀ ਕਰਦੀ ਹੈ, ਆਪਾਂ ਉਹਦਾ ਕਤਲ ਕਰਨ ਤੱਕ ਜਾਂਦੇ, ਆਪਾਂ ਉਹਦੇ ਮਾਂ ਬਾਪ ਤੱਕ ਪਹੁੰਚ ਜਾਂਦੇ ਹਾਂ। ਆਪਾਂ ਕਹਿੰਦੇ ਤੇਰੇ ਮਾਂ ਬਾਪ ਨੇ ਸੰਸਕਾਰ ਨਹੀਂ ਸਿਖਾਏ, ਤੈਨੂੰ ਬਹਿਣਾ ਉੱਠਣਾ ਨਹੀਂ ਸਿਖਾਇਆ, ਉਹੀ ਗਲਤੀ ਜੇ ਆਪਣੀ ਬੇਟੀ ਕਰਦੀ ਹੈ ਤਾਂ ਆਪਾਂ ਕਹਿੰਦੇ ਨਹੀਂ ਨਾ ਸਮਝ ਛੋਟੀ ਹੈ, ਆ ਜੂ ਜੀ ਅਕਲ ਲਾਡਲੀ ਹੈ। ਅਤੇ ਜਿਹੜੀ ਆਪਣੇ ਘਰ ਆਈ ਉਹ ਵੀ ਤਾਂ ਕਿਸੇ ਦੀ ਲਾਡਲੀ ਹੈ। ਕਹਿੰਦੇ ਜ਼ਿੰਦਗੀ ਸੁਖਾਲੀ ਕਰਨ ਲਈ ਬਸ ਛੋਟੇ 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 ਰਾਹ ਹੈ ਜਿਹੜੇ ਛੱਡਦੇ ਜਾਓ ਅਤੇ ਨਵੇਂ ਅਪਣਾਉਂਦੇ ਜਾਓ। ਜਦੋਂ 21 ਪੌਣ ਸ਼ਰੀਕ ਦੜ ਵੱਟ ਕੇ ਜਿਉਂਦੇ ਰਹਿਣ। ਹਾਂਜੀ ਬੱਚੇ ਭਾਜੀ ਸਤਿ ਸ਼੍ਰੀ ਅਕਾਲ, ਆਹ ਕਲ ਯੁੱਗ ਹੈ ਜੀ, ਇਹ ਚੂਚਾ ਜਿਹਾ ਹੁੰਦਾ ਸੀ ਜਦੋਂ ਮੇਰੇ ਨਾਲ ਆਇਆ ਸੀ, ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਪੈਂਦੀ ਇਹਨਾਂ ਨੂੰ ਆ ਕੇ। ਸਾਡੇ ਲਾਲੀ ਪੰਡਿਤ ਜੀ ਨਿਊਜ਼ੀਲੈਂਡ ਤੋਂ 500 ਰੁਪਏ, ਮਨਜੀਤ ਸਿੰਘ ਚਾਹਲ ਸਾਹਿਬ 500 ਰੁਪਏ, ਰਾਜਾ ਚਾਹਲ ਜੀ USA ਤੋਂ ਨੇ ਜੀ, ਸਰਦਾਰ ਦਲਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਹੈਰੀ ਚਾਹਲ ਸਾਹਿਬ, ਜੈਜੀ ਚਾਹਲ ਸਾਹਿਬ ਇਹ ਵੀ USA ਤੋਂ ਨੇ ਜੀ, ਬਹੁਤ ਸਾਰਾ ਮਾਨ ਅਤੇ ਸਤਿਕਾਰ ਕਰਦੇ ਨੇ ਦੋਨੋਂ ਤੋਂ ਗੀਤ ਲੈ ਕੇ। ਅਤੇ ਬੀਬਾ ਸੰਦੀਪ ਬਹੁਤ ਆਰਾਮ ਕਰ ਲਿਆ, ਹੁਣ ਮਾੜਾ ਜਿਹਾ ਰੈਡੀ ਹੋ ਜਾਓ ਦੋਨੋਂ ਗੀਤਾਂ ਤੋਂ ਬਾਅਦ, ਜਿਉਂਦੇ ਰਹਿਣ ਹੈ ਨਾ। ਅਤੇ ਪਹਿਲਾਂ 21 ਕੱਤੀ ਦੀ ਫਰਮਾਇਸ਼ ਪੂਰੀ ਕਰ ਦਈਏ, ਓਕੇ ਇਹਦੋਂ ਬਾਅਦ ਬਾਅਦ ਕਿ ਬਾਅਦ 'ਚ ਕਰ ਦਿਓ, ਪਹਿਲਾਂ ਤੁਹਾਡੇ ਵਾਲਾ, ਚਲੋ ਤੁਸੀਂ ਕੰਪਰੋਮਾਈਜ਼ ਕਰ ਲਓ ਜੀ 21 ਕੱਤੀ ਵਾਲੇ, ਉਹ ਨਵਾਂ ਖਾਣ ਹੈ ਨਾ, ਆਪਾਂ ਬਾਅਦ 'ਚ ਕਰਦੇ, ਜਿਹੜੇ ਵਿੱਚੋਂ ਵਿੱਚ ਗੋਡੇ ਗੋਡੇ ਸੜਦੇ ਨੇ ਜਿਉਂਦੇ। ਸਿੱਧੂ ਸਾਹਿਬ ਜੇ ਆਹੀ ਡਿਊਟੀ ਲਾ ਲਓ ਨਾ ਤਾਂ ਰਾਠਣ ਨੂੰ ਪਾਈਆ ਬਾਹਰ ਕੱਢ ਦੇ। ਹਾਂਜੀ ਦਾ ਮੌਸਮ ਹੈ, ਤਾਰਾਂ ਨੇ
ਨਾ ਉਹਨਾਂ ਦਾ ਕਸੂਰ ਹੈ ਨਾ ਤੁਹਾਡਾ। ਬਸ ਮਾੜੀ ਜੀ ਕਰ ਕਰ ਕਰੂ ਬਾਅਦ ਵੱਧ ਹੋ ਜੂ। ਕਿਉਂ ਜੀ ਠੀਕ ਹੈ ਨਾ। ਵਸੇ ਰਹਿਣ ਚੁਬਾਰੇ ਸਭ ਦੇ ਰਾਜੀ ਰਹਿਣ ਸਹਾਰੇ ਸਭ ਦੇ। ਵਸੇ ਰਹਿਣ ਚੁਬਾਰੇ ਸਭ ਦੇ ਰਾਜੀ ਰਹਿਣ ਸਹਾਰੇ ਸਭ ਦੇ। ਦੁਸ਼ਮਣ ਤੋਂ ਵੀ ਆਉਂਦੀ, ਦੁਸ਼ਮਣ ਤੋਂ ਵੀ ਆਉਂਦੀ, ਦੁਸ਼ਮਣ ਤੋਂ ਵੀ ਆਉਂਦੀ ਹਮੇਸ਼ਾ ਆਉਂਦੀ ਦੂਰ। ਭਲਾ ਕਰੀ ਦਾਤਾ ਸਭ ਦਾ ਭਲਾ ਕਰੀ, ਦਾਤਾ ਸਭ ਦਾ ਭਲਾ ਕਰੀ, ਦਾਤਾ ਸਭ ਦਾ ਭਲਾ ਕਰੀ। ਮਾਰਦੇ ਨੇ ਬਾਬਾ ਉਹ ਵੀ ਜਿਉਂਦੇ।
ਹਾਏ ਜਿੰਨਾ ਨੇ ਜਿੰਨਾ ਨੇ ਤਬਾਹ ਸਾਨੂੰ ਕਰਿਆ ਜਿੰਨਾ ਹੱਥੋਂ ਦਿਲ ਸਾਡਾ ਮਾਰਿਆ ਜਿੰਨਾ ਨੇ ਤਬਾਹ ਸਾਨੂੰ ਕਰਿਆ ਜਿੰਨਾ ਨੇ ਤਬਾਹ ਸਾਨੂੰ ਕਰਿਆ ਜਿੰਨਾ ਹੱਥੋਂ ਦਿਲ ਸਾਡਾ ਮਾਰਿਆ ਉੱਤੋਂ ਸਾਡੇ ਮਰ ਦੇ ਤਬੀਬ ਬਣ ਰਹੇ ਉੱਤੋਂ ਸਾਡੇ ਜਿਹੜੀ ਦੁਕਾਨ ਤੇ ਕੰਮ ਕਰਦੇ ਨਾ ਉਹਦਾ ਰਾਸ਼ਨ ਨੀ ਯਾਦ ਹੁੰਦਾ ਇਹਨਾਂ ਵੀ ਖੰਡ ਕਿੱਥੇ ਪਈ ਹੈ ਤੇ ਪੱਤੀ ਕਿੱਥੇ ਪਈ ਹੈ ਨਾਲ ਦੇ ਲਾਲੇ ਵਾਲੀ ਦੁਕਾਨ ਦਾ ਸਾਰਾ ਪਤਾ ਹੁੰਦਾ ਵੀ ਘਿਓ ਕਿੱਥੇ ਪਿਆ ਤੇ ਖੰਡ ਕਿੱਥੇ ਪਈ ਖਿਲਾਫ ਤਾਂ ਹੀ ਕਰੀਆਂ ਨੇ
ਮੈਂ ਕਿਹਾ ਜਿੰਨਾ ਨੇ ਜਿੰਨਾ ਨੇ ਹੈ ਹੈ ਜਿੰਨਾ ਨੇ ਜਿੰਨਾ ਨੇ ਤਾਂ ਮਾਂ ਸਾਨੂੰ ਭਰਿਆ ਹੈ ਜਿਉਂਦੇ ਨੇ ਜਿੰਨਾ ਹੱਥ ਦਿਲ ਸਾਡਾ ਮਾਰਿਆ ਹੈ ਜਿਉਂਦੇ ਨੇ ਜਿੰਨਾ ਨੇ ਤਾਂ ਮਾਂ ਸਾਨੂੰ ਭਰਿਆ ਹੈ ਜਿੰਨਾ ਹੱਥ ਦਿਲ ਸਾਡਾ ਮਾਰਿਆ ਹੈ ਜਿੰਨਾ ਨੇ ਤਾਂ ਮਾਂ ਸਾਨੂੰ ਭਰਿਆ ਹੈ ਜਿੰਨਾ ਹੱਥ ਦਿਲ ਸਾਡਾ ਮਾਰਿਆ ਹੈ ਉੱਥੋਂ ਸਾਡੇ ਮਨ ਦੇ ਤਬੀਬ ਬਣ ਰਹੇ ਪਰ ਜ਼ਖਮਾਂ ਤੇ ਲੂਣ ਜਿੰਨਾ ਧਰਿਆ ਹੈ ਰੱਬਾ ਉਹ ਵੀ ਜਿਉਂਦੇ ਨੇ ਪ੍ਰੋਗਰਾਮ ਸ਼ੁਰੂ ਹੋਇਆ ਕੱਲਾ ਮੈਂ ਹੀ ਨੱਚੀ ਜਾਣਾ ਕੋਈ ਨੀ ਨੱਚਦਾ ਮੈਨੂੰ ਲੱਗਦਾ ਤੁਸੀਂ ਇਕੱਲੇ ਹੋ ਹੁਣ ਤੁਸੀਂ ਇਕੱਲਿਆਂ ਨੇ ਨੱਚਣਾ ਬਾਕੀ ਤਾਂ ਵਿਚਾਰੇ ਉਂਗਲਾਂ ਤੇ ਨੱਚ ਨੱਚ ਕੇ ਥੱਕ ਗਏ ਸਾਰੀ ਉਮਰ ਬੰਦਾ ਕਰੇ ਤਾਂ ਕਰੇ ਸਹੀ ਗੱਲ ਹੈ ਨਾ ਤਾੜੀ ਕੈਸੀ ਚੀਜ਼ ਹੈ ਸਹੀ ਗੱਲ ਹੈ ਜੀ ਇੱਕ ਕਲਾਕਾਰ ਦੀ ਕਲਾ ਇੱਕ ਛੋਟਾ ਬੱਚਾ ਵਰਕ ਕਰ ਰਿਹਾ ਨਾ ਭਾਵੇਂ ਉਹ ਬਿੰਗੀ ਟੇਢੀ ਪੇਂਟਿੰਗ ਕਰਦੇ ਪਰ ਜਦੋਂ ਆਪਾਂ ਉਹਨੂੰ ਤਾੜੀ ਮਾਰ ਕੇ ਕਹਿ ਦਿੰਦੇ ਵਾਹ ਕਿੰਨੀ ਸੋਹਣੀ ਬਣਾਈ ਹੈ ਤੇ ਉਹ ਦੂਜੇ ਦਿਨ ਘੰਟੇ ਬਾਅਦ ਦੇਖਿਓ ਉਹਦੀ ਪੇਂਟਿੰਗ 'ਚ ਫਰਕ ਹੋਊਗਾ ਉਹੀ ਤਾਂ ਮੈਂ ਕਿਹਾ ਸੀ ਜੀ ਵੀ ਉਹ ਤਾਂ ਵਿਚਾਰਾ ਇਕੱਲਾ ਉਹਦੇ ਹੁਣ ਉਹਨੂੰ ਨਚਾਉਣ ਵਾਲਾ ਕੌਣ ਮੈਨੂੰ ਲੱਗਦਾ ਤੁਹਾਡਾ ਦੁੱਖ ਵਾਲਾ ਵੱਡਾ ਜੀ ਆਈ ਨੇ ਭੈਣ ਜੀ ਨਾਲ ਅੱਛਾ ਕਹਿੰਦੇ ਬਾਕੀ ਸਾਰਿਆਂ ਨੂੰ ਤਾਂ ਘਰ ਵਾਲੀਆਂ ਹੀ ਨਚਾਈ ਜਾਂਦੀਆਂ ਨੇ ਇੰਨੇ ਦੁਖੀ ਹੋ ਘਰ ਵਾਲੀਆਂ ਤੋਂ ਭੈਣ ਜੀ ਆਪਾਂ ਨੂੰ ਇੰਨੀ ਫਿਰ ਮੂਹੀ ਕਿਉਂ ਮਿਲਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਚਾਰ ਦਿਨ ਘਰ ਵਾਲੀ ਚਲੀ ਜਾਵੇ ਨਾਲੇ ਪੇਕੇ ਨਹੀਂ ਜਾਣ ਦਿੰਦੇ ਕਿਤੇ ਜਾਣ ਵੀ ਨਹੀਂ ਦਿੰਦੇ ਆ ਸੁਧੀ ਸਾਹਿਬ ਮੈਨੂੰ ਲੱਗਦਾ ਅੱਧਾ ਘੰਟਾ ਤਾਂ ਮੁਸ਼ਕਲ ਹੈ ਔਖਾ ਹੈ ਉਹ ਅੱਧਾ ਘੰਟਾ ਘੰਟਾ ਜਿਹੜਾ ਸੌਲਾ ਜਾਂ ਰਾਤ ਨੂੰ ਲੇਟ ਜਾਂਦੇ ਆ ਉਦੋਂ ਕਹਿੰਦੇ ਜਦੋਂ ਫੋਨ ਆਉਣੇ ਬੰਦ ਹੋ ਜਾਣ ਨਾ ਉਦੋਂ ਸਮਝ ਲਓ ਜ਼ਿੰਦਗੀ ਖਤਮ ਹੈ ਜਦੋਂ ਤੁਹਾਨੂੰ ਕੋਈ ਰੋਕਣਾ ਟੋਕਣਾ ਬੰਦ ਕਰਦੇ ਉਦੋਂ ਸਮਝ ਲਓ ਜ਼ਿੰਦਗੀ ਖਤਮ ਕਹਿੰਦੇ ਜਿਹਨਾਂ ਨੂੰ ਸੰਗਲ ਪੈਂਦੇ ਨੇ ਨਾ ਪਿਆਰ ਦੇ ਉਹ ਕਰਮ ਵਾਲੇ ਹੁੰਦੇ ਨੇ ਤੇ ਕਈਆਂ ਨੂੰ ਸੰਗਲ ਲਈ ਤਰਸਣਾ ਪੈਂਦਾ ਸਾਰੀ ਉਮਰ ਵੀ ਕੋਈ ਤਾਂ ਸ਼ਾਮ ਨੂੰ ਫੋਨ ਕਰਕੇ ਪੁੱਛ ਲਏ ਯਾਰ ਵੀ ਕਿੱਥੇ ਹੋ ਹੈਨਾ ਕੋਈ ਤਾਂ ਫੋਨ ਕਰਕੇ ਐਂ ਪੁੱਛ ਲਏ ਵੀ ਕਾਹਦੀ ਸਬਜ਼ੀ ਬਣਾਈ ਹੈ ਕਹਿੰਦੇ ਆਜ਼ਾਦੀ ਵੀ ਥੋੜ੍ਹੀ ਦੇਰ ਚੰਗੀ ਲੱਗਦੀ ਹੈ ਹਰ ਚੀਜ਼ ਟਾਈਮ ਦੀ ਪਾਬੰਦ ਹੈ ਕਹਿੰਦੇ ਘੁੱਟਣ ਵੀ ਬਹੁਤੀ ਦੇਰ ਤੰਗ ਕਰਦੀ ਹੈ ਤੇ ਆਜ਼ਾਦੀ ਵੀ ਬਹੁਤੀ ਦੇਰ ਤੰਗ ਕਰਦੀ ਹੈ ਤਾਂ ਹੀ ਤਾਂ ਕਹਿੰਦੇ ਆ ਹੁਣ ਆ ਇਹਦੀ ਇਹਦੀ ਬੀਬੀ ਦੀ ਆ ਜਾ ਗਾ ਕਹਿੰਦੀ ਦਿਨੇ ਤਾਂ ਸੱਸ ਲੜਦੀ ਹੈ ਹੁਣ ਤੂੰ ਤੂੰ ਲੜ ਪਿਆ ਐਂ ਦੱਸੋ ਜੀ ਮੈਂ ਲੜਨ ਵਾਲਾ ਬੰਦਾ ਲੱਗਦਾ ਨਾ ਕਿਸੇ ਪਾਸੋਂ ਮੈਂ ਬੰਦਾ ਲੱਗਦਾ ਲੜਨ ਵਾਲਾ ਤੁਸੀਂ ਇਹਦੀ ਸਿਹਤ ਦੇਖ ਲਓ ਮੇਰੇ ਵਾਲੀ ਦੀ ਤੇ ਮੇਰੀ ਸਿਹਤ ਦੇਖ ਲਓ ਕਿੰਨਾ ਫਰਕ ਹੈ ਇਹ ਤਾਂ ਅੱਧੇ ਘੰਟੇ ਬਾਅਦ ਕਹਿੰਦੀ ਵੀ ਮੈਨੂੰ ਭੁੱਖ ਲੱਗੀ ਹੁੰਦੀ ਹੈ ਆਪਦਾ ਮੇਧਾ ਮੇਰੇ ਮੇਧੇ 'ਚ ਫਿੱਟ ਕਰਦੇ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ
ਕਿੰਨਾ ਸੋਹਣਾ ਹੱਸਦੀ ਹੈ ਤੂੰ। ਕਿਤੇ ਨੀ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਵਖਾ ਜਾਵੇ, ਕਿਤੇ ਨੀ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਵਖਾ ਜਾਵੇ, ਕਿਤੇ ਕਿਤੇ ਨੀ ਸਾਨੂੰ ਸ਼ੌਕ ਤਾਂ ਮੁਹੱਬਤ, ਕਿਤੇ ਨੀ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਵਖਾ ਜਾਵੇ, ਕਿਤੇ ਜੇ ਮਿੱਤਰਾਂ ਨਾਲ ਵਿਆਹ ਕਰਵਾਉਣਾ ਮੰਨਣੇ ਪੈਣੇ ਕਹਿਣੇ, ਨਖਰੋ ਆ ਨਖਰੇ ਨੀ ਰਹਿਣੇ ਫਿਰ, ਨਖਰੋ ਆ ਨਖਰੇ ਨੀ ਰਹਿਣੇ। ਪਹਿਲਾਂ ਬੀਬਾ ਸੰਦੀਪ ਜੀ, ਉਸ ਵਾਰ ਮਿਰਜ਼ੇ ਦੀ ਫਰਮਾਇਸ਼, ਜਦੋਂ ਇੱਕੀ ਪਾਉਣ ਸ਼ਰੀਕ ਤਾਂ ਇਕੱਠੀ ਪਾਉਣੀ ਪੈਂਦੀ ਹੈ, ਨਖਰੋ ਪਾਉਂਦੀ ਬੋਲੀਆਂ ਹੱਥ ਚਿਮਟਾ ਫੜ ਕੇ, ਬੂਹੇ ਬਾਰੀਆਂ ਮੂਵੀ ਦੇ ਅੰਦਰ, ਤੀਜਾ ਪੰਜਾਬ 'ਚ ਕਹਿੰਦੇ ਮਾੜੇ ਬੰਦੇ ਕੋਲ ਸੋਭਦਾ ਨਹੀਂ ਅਸਲਾ, ਮਾਰ ਦੀ ਸ਼ਕੀਨੀ ਹੈ ਕਬੀਲਦਾਰ ਨੂੰ। ਸਾਰੇ ਲਗਾਤਾਰ ਗਾਣੇ ਲੈ ਕੇ ਮੈਂ ਤੁਹਾਡੇ ਰੂਬਰੂ ਹਾਂ। ਇੱਕ ਗੀਤ ਕਿਹੜਾ ਹੋਣਾ ਚਾਹੀਦਾ, ਲੜਾਈ ਵਾਲਾ ਹੀ ਚੱਲ ਜਾਂਦੇ, ਪਿਆਰ ਮੁਹੱਬਤ ਬਹੁਤ ਹੋ ਗਿਆ। ਲੜ ਪਿਆ ਤੂੰ, ਰਾਤੀ ਹੁਣ ਲੜ ਪਿਆ ਤੂੰ, ਰਾਤੀ ਹੁਣ ਲੜ ਪਿਆ ਤੂੰ।
ਹੁਣ ਲੜਦੇ ਆ ਤੂੰ ਮੈਨੂੰ ਤਾਂ ਕਦੋਂ ਮਿਲਿਆ ਨਹੀਂ, ਮੈਂ ਤਾਂ ਫਾਹਾ ਲੈਣ ਲੱਗਿਆ।
ਕੀ ਕਰੀਏ ਹੁਣ ਦੇਖਦੇ ਔਰ ਮੰਨਦੇ ਨਹੀਂ ਮੈਨੂੰ 20 ਰੁਪਏ ਤੇ ਭਾਬੀ ਨੂੰ 40 ਮੇਰਾ ਤੇਰਾ ਸਹੁਰਾ ਆਵੇ ਤਾਂ ਗੱਲ ਬਣੇ ਐ ਖੜੇ ਜ਼ਿੰਦਗੀ ਦੇ ਕੁਛ ਖਾਟੇ ਮਿੱਠੇ ਹਾਸੇ ਜਿਨ੍ਹਾਂ ਨਾਲ ਆਪਾਂ 2 ਮਿੰਟ ਹੱਸ ਲੈਣੇ ਸਹੀ ਮੈਨੇ ਤੇ ਕੋਰੋਨਾ ਤੋਂ ਬਾਅਦ ਜ਼ਿੰਦਗੀ ਦਾ ਲੈਵਲ ਬਣਿਆ ਹੀ ਨਹੀਂ ਜਿਹੜਾ ਆਹ ਸਾਲ ਹੈ ਇਹ ਬਹੁਤ ਟਫ ਸਾਲ ਹੈ ਬਹੁਤ ਟਫ ਘਰੇ ਵੀ ਰਿਲੈਕਸ ਹੋ ਕੇ ਨਾ ਬੈਠੋ ਵਾਹਿਗੁਰੂ ਵਾਹਿਗੁਰੂ ਜੋ ਰਾਮ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਕਹਿਣਾ ਚਾਹੁੰਦੇ ਹੋ ਅੱਲਾ ਕਹਿਣਾ ਚਾਹੁੰਦੇ ਹੋ ਕਹੋ ਕਿਉਂਕਿ ਆਹ ਸਾਲ ਬਹੁਤ ਰੱਬ ਦੇ ਨੇੜੇ ਹੋਣ ਦੀ ਲੋੜ ਸਹੀ ਮੈਨੇ ਤੇ 2026 ਤੱਕ ਪਰਮਾਤਮਾ ਦੇ ਨੇੜੇ ਹੋਣ ਦੀ ਬਹੁਤ ਲੋੜ ਹੈ ਫਿਰ ਕਹਿੰਦੇ ਜਿਹੜੀਆਂ ਸੋਲੀਆਂ ਉਹ ਸੂਈ ਬਣ ਕੇ ਟੱਪ ਜਾਂਦੀਆਂ ਤਾਂ ਹੀ ਕਹਿੰਦੇ ਹੈ ਜਦੋਂ ਇੱਕ ਹੀ ਪੌਣ ਸ਼ਰੀਕ ਤਾਂ ਕੱਤੀ ਪਾਉਣੀ ਪੈਂਦੀ ਹੈ ਦੜ ਵੱਟ ਕੇ ਦਿਨ ਕੱਟੀਏ ਪਾਈਏ ਰੋਹ ਬਣਾ ਖਾਰੇ ਤੇ ਪੈਂਦੀ ਜਿਹੜੀ ਵੀ ਘਰੇ ਚੱਲੀਏ ਚਾਹ ਬਣਾ ਕੇ ਵਾਪਸ ਆ ਜਾਏ ਨਾਲ ਇੱਕ ਕੱਪ ਮੇਰਾ ਲਿਆ ਦੜ ਵੱਟ ਕੇ ਦਿਨ ਕੱਟੀਏ ਫਿਰ ਮਿਲ ਜਾ ਰਾਂਝਾ ਦੂਗੀ ਰਾਂਝਾ ਦੂਗੀ ਆ ਜੂ ਜਾ ਦੋ ਡਾਇਰੀ ਮੂਹਰੇ ਰੱਖ ਦੋ ਹਾਂ ਉਹਨੇ ਪੜ ਲਓ ਪਹਿਲਾਂ ਦੜ ਵੱਟ ਕੇ ਉਦੋਂ ਨੂੰ ਇਹ ਪੜ ਲੂ ਦੜ ਵੱਟ ਕੇ ਦਿਲ ਕੱਟੀਏ ਪਾਈਏ ਰੋਬ ਨਹਾਰੇ ਤੇ ਆਹ
ਨਾਲ ਪੈਂਦੀ ਹੈ ਨੀ ਮੈਂ ਉਹਨਾਂ ਨਾਲ ਬਹਿੰਦਾ ਲੋਕ ਜਿਨ੍ਹਾਂ ਨਾਲ ਪੈਂਦੀ ਹੈ ਮੈਂ ਉਹਨਾਂ ਨਾਲ ਬਹਿੰਦਾ ਇਹ ਦੁਨੀਆ ਧੋਖੇ ਬਜਾ ਇੱਥੇ ਯਾਰ ਬਣਾ ਕੇ ਲੁੱਟ ਦੇ ਮੋਹ ਮਾਮ ਤੇ ਦੇ ਵਾਪਰੀ ਮੋਹ ਮਾਮ ਤੇ ਦੇ ਕਾਫਰੀ ਗੰਗਾ ਦੇ ਪੰਡਤ ਲੱਗਦੇ ਇਹ ਦੁਨੀਆ ਧੋਖੇ ਉਹ ਵਕਤ ਬੜਾ ਹੀ ਦੂਰ ਗਿਆ ਜਦੋਂ ਪੱਗ ਵਟਾਈ ਹੈ ਜਾਂਦੀ ਸੀ ਯਾਰੀ ਦੀਆਂ ਕਸਮਾਂ ਰੱਖਣ ਜਿੰਦ ਜਾਨ ਲੁਟਾਈ ਹੈ ਜਾਂਦੀ ਸੀ ਜਿੰਦ ਜਾਨ ਲੁਟਾਈ ਜਾਂਦੀ ਹੁਣ ਲੋੜ ਪਵੇ ਤਾਂ ਆਏ ਸੱਚੀ ਹੁਣ ਲੋੜ ਪਵੇ ਤਾਂ ਆਏ ਸੱਚੀ ਬਹਿਜਾਂ ਦੇ ਵਾਂਗ ਜਗਦੇ ਨੇ ਇਹ ਦੁਨੀਆ ਧੋਖੇ ਸਾਂਭਲੇ ਦੁਹਦਾ ਕੇ ਮੰਗਦੇ ਕਾਮਾਂ ਵਿੱਚ ਫਸੀ ਹੋਈ ਖੋਜ ਕੇਰੀ ਨੂੰ ਸਾਂਭਲੇ ਦੁਹਦਾ ਕੇ ਮੰਗਦੇ ਨੂੰ ਕਾਮਾਂ ਵਿੱਚ ਫਸੀ ਹੋਈ ਖੋਜ ਕੇਰੀ ਨੂੰ ਨਿਤ ਦੇ ਸਿਆਪੇ ਗੜਦਾ ਨਿਤ ਦੇ ਸਿਆਪੇ ਗੜ ਪੈ ਜਾਣਗੇ ਖਲ ਮੁੜ ਆ ਕੇ ਮੈਨੂੰ ਲੈ ਜਾਣਗੇ ਕਲ ਨੂੰ ਵੀ ਆ ਕੇ ਮੈਨੂੰ ਲੈ ਜਾਣਗੇ ਦਿਲ ਵਾਲਾ ਦੁੱਖ ਨਹੀਂ ਕਿਸੇ ਨੂੰ ਸੁਣਾਈਦਾ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ ਆਪਣਿਆਂ ਦੁੱਖਾਂ ਵਿੱਚ ਆਪੇ ਮਰ ਜਾਈਦਾ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ ਫੁੱਲ ਟਾਣੀ ਉੱਤੇ ਖਿਲਦਾ ਫੁੱਲ ਟਾਣੀ ਉੱਤੇ ਖਿਲਦਾ ਗੱਲਾਂ ਤੋਂ ਬਥੇਰੀਆਂ ਕਦੇ ਪੱਪੂਆ ਗੱਲਾਂ ਤੋਂ ਬਥੇਰੀਆਂ ਕਦੇ ਵੇਤਿੰਦਾ ਭੇਤ ਨਾ ਚੱਲਦਾ ਵੇਤਿੰਦਾ ਭੇਤ ਨਾ ਚੱਲਦਾ ਚਿੱਟੀ ਲੱਕੜੇ ਦਾ ਫਾਕੇ ਚਿੱਟੀ ਲੱਕੜੇ ਦਾ ਫਾਕੇ ਕਬਰ ਉੱਤੇ ਲਿਖ ਮਰ ਸਾਂ
ਨਹੀਂ ਸੋਹਣਿਆ ਵਫਾ ਕੀਤੀ ਕਬਰ ਉੱਤੇ ਲਿਖ ਮਰ ਨਹੀਂ ਸੋਹਣਿਆ ਵਫਾ ਕੀਤੀ ਜੇ ਰੱਬ ਨੇ ਰੂਪ ਮਜਾਜ ਦਿੱਤਾ ਅੱਛਾ ਉਸ ਬਾਅਦ ਬੋਲ ਕੇ ਤਿਆਰ ਹੋ ਜਾਓ ਰਿਲੈਕਸ ਹੋ ਜਾਓ ਮੈਂ ਇੱਥੋਂ ਲਿਖ ਕੇ ਲੈ ਲੈ ਦੋ ਹੀ ਗਾਣੇ ਰਹਿ ਗਏ ਸੀ ਹਾਫ ਹਾਫ ਸਾਡੀ ਅਗਲੀ ਪਾਰਟੀ ਹੈ ਜਿਹੜੀ ਉਹਨਾਂ ਨੇ ਆਉਣੇ ਜਾਨ ਧਰਤੀ ਹਾਂ ਤਾਂ ਸਾਨੂੰ ਆਉਂਦਾ ਨੀ ਜੀ ਜਿਹੜੀ ਤਾਲ ਤੁਸੀਂ ਵਜਾਈ ਹੈ ਰਿਦਮ ਹਾਂ ਤਾਂ ਸਾਨੂੰ ਆਉਂਦਾ ਨੀ ਇਹ ਤਾਂ ਬਾਬੇ ਵਜਾਉਂਦੇ ਨੇ ਮੈਨੂੰ ਤਾਂ ਜਨਾਨੀ ਬਣਾਇਆ ਰੱਬ ਨੇ ਆਹ ਜਿਹੜੀ ਤੁਹਾਡੇ ਵਾਲੀ ਤਾੜੀ ਹੈ ਇਹ ਬਾਬੇ ਵਜਾਉਂਦੇ ਆ ਤੋਂ ਫੜ ਕੇ ਇਸ਼ਕ ਦੇ ਉੱਤੋਂ ਇਤਬਾਰ ਉੱਠ ਜਾਏ ਜਿਹੜਾ ਇਸ਼ਕ ਦੇ ਉੱਤੋਂ ਇਤਬਾਰ ਉੱਠ ਜਾਏ ਇਸ਼ਕ ਨੂੰ ਅਜਮਾਈ ਦਾ ਨਹੀਂ ਜਿਹੜਾ ਹੋ ਗਿਆ ਵਿੱਚ ਹੀ ਸੱਜਣ ਮੁੱਕ ਗਏ ਸਿੱਧੇ ਸਾਦੇ ਤੇ ਕਮਾਰੇ ਨਹੀਂ
ਸਾਡੇ ਰੂਪ 'ਚ ਕੋਈ ਵੀ ਮੈਂ ਤਾਂ ਮੈਂ ਇਹਨਾਂ ਨੂੰ ਪਰੀਆਂ ਕਹਿ ਰਹੀ ਹੁੰਦੀ।
ਕਹਿੰਦੇ ਆ ਆਪਦੇ ਆਪਦੀ ਸ਼ਰਧਾ ਆਪਣੀ ਆਪਣੀ ਸੋਚ। ਕਈ ਦਰਵੇਸ਼ ਦੇ ਲੱਤ ਵੀ ਮਾਰ ਦਿੰਦੇ ਆ, ਕੋਈ ਢੂਈ ਵੀ ਤੋੜ ਦਿੰਦੇ ਆ, ਕੋਈ ਉਹਨਾਂ ਨੂੰ ਕੁੱਤੇ ਦੇ ਸ਼ਬਦ ਨਾਲ ਪੁਕਾਰ ਲੈਂਦੇ। ਪਰ ਮੈਂ ਜ਼ਿੰਦਗੀ 'ਚ ਮੇਰੀ ਕੋਸ਼ਿਸ਼ ਹੁੰਦੀ ਹੈ 99% ਵੀ ਮੈਂ ਇਹ ਸ਼ਬਦ ਨਾ ਕਵਾਂ, ਮੈਂ ਦਰਵੇਸ਼ ਕਵਾਂ। ਕਿਉਂਕਿ ਮੈਂ ਇੱਕ ਗੱਲ ਪੜ੍ਹੀ ਸੀ ਕਿ ਬੰਦੇ ਦੇ ਸਿਰ ਤਾਂ ਕੁਛ ਵੀ ਨਹੀਂ ਸੀਗਾ, ਬੰਦਾ ਤਾਂ ਖਾਲੀ ਸੀ, ਆਪਾਂ ਤਾਂ ਉਹੀ ਭੂਸਰੇ ਫਿਰਦੇ ਵੀ ਮੈਂ ਬੰਦਾ, ਮੈਂ ਬਹੁਤ ਕੁਛ ਕਰ ਸਕਦਾ, ਕਰ ਸਕਦਾ, ਪਰ ਆਪਾਂ ਨੂੰ ਮੈਂ ਨੇ ਮਾਰ ਰੱਖਿਆ ਬੰਦੇ ਤੇ। ਉਹਦੇ ਵਿੱਚ ਕੋਈ ਬਾਹਲਾ ਫਰਕ ਨਹੀਂ, ਵਿੱਚੋਂ ਇੱਕ ਮੈਂ ਹਟਾਉਣ ਵਾਲੀ ਹੈ। ਜਿੱਦਣ ਕਹਿੰਦੇ ਆਪਾਂ ਤੂੰ ਤੂੰ ਕਰਨ ਲੱਗ ਗਏ ਨਾ, ਉਦਣ ਸਹੀ ਰੁਕਦਾ। ਜਿਹੜੀ ਮੈਂ ਗੱਲ ਕਹਿ ਰਹੀ ਸੀ ਵੀ ਜਿਹੜੀ ਜ਼ਿੰਦਗੀ ਹੈ, ਥੈਂਕ ਯੂ ਪੁੱਤ ਜੀ, ਥੈਂਕ ਯੂ ਸੋਨੀ, ਇਹ ਸਾਰੀ ਆਪਾਂ ਨੂੰ ਹੋਰ ਕਿਸੇ ਤੋਂ ਮਿਲੀ ਹੋਈ ਹੈ। ਕਿਸੇ ਤੋਂ 10 ਸਾਲ ਮਿਲੀ ਹੈ, ਕਿਸੇ ਤੋਂ 20 ਸਾਲ ਮਿਲੀ ਹੈ, ਕਿਉਂਕਿ ਬੰਦਾ ਭੁੱਖਾ ਹੀ ਬਹੁਤ ਆ, ਬੰਦਾ ਰੱਜਦਾ ਹੀ। ਪਹਿਲਾਂ ਬੰਦੇ ਨੂੰ 20 ਸਾਲ ਹੀ ਮਿਲੇ ਸੀ ਜੀ ਬੇਟਾ, ਅਖਾੜੇ ਦਾ ਤੀਜਾ ਪੰਜਾਬ ਦਾ ਜੀ, ਕਿਹੜਾ ਬੇਟਾ ਨਵਾਂ ਆਇਆ, ਅੱਛਾ ਨਖਰੋ ਪਾਉਂਦੀ ਬੋਲੀਆਂ, ਤੇ ਇੱਕ ਤਾਂ ਅਖਾੜਾ ਤੀਜਾ ਪੰਜਾਬ ਦਾ ਜੀ, ਕਿਹੜਾ ਜੀ ਆ ਜਾ ਪੁੱਤ, ਕਿੱਧਰ ਹੀ ਨੀ ਤੇਰੀ ਕਲਗੀ ਲੈਂਦੀ, ਆ ਸੋਹਣੇ ਆ ਜਾ ਮੇਰਾ ਪੁੱਤ। ਮੈਂ ਦੋਨਾਂ ਸਤਿਕਾਰ ਯੋਗ ਵਾਸੀਆਂ ਨੂੰ, ਸਾਡੇ ਸਤਿਕਾਰ ਯੋਗ ਪਾਲ ਸਿੰਘ ਜੈ ਸਾਹਿਬ ਪ੍ਰੋਗਰਾਮ ਵੀ ਲਾਇਆ ਸੀ, ਉੱਥੇ ਵੀ ਬਹੁਤ ਸਾਰਾ ਪਿਆਰ ਅਤੇ ਸਪੈਸ਼ਲ ਅੱਜ ਬਹੁਤ ਸਾਰਾ ਪਿਆਰ। ਹਾਂਜੀ ਸੋਹਣੇ, ਥੋੜ੍ਹਾ ਟਾਈਮ, ਇੱਕ ਤਾਂ ਬੂਹੇ ਬਾਰੀਆਂ 'ਚ ਆਇਆ ਸੀ, ਹਾਂ ਓਕੇ ਓਕੇ, ਉਹ ਤੀਜਾ ਪੰਜਾਬ ਮੂਵੀ ਦਾ ਸੀ। ਪਹਿਲਾਂ ਤੀਜਾ ਪੰਜਾਬ, ਫਿਰ ਨਿੱਕੇ ਪੈਰੀ, ਫਿਰ ਮੈਂ ਜਾ, ਫਿਰ ਸਾਰਿਆਂ ਨੇ ਹੱਸ ਲਿਆ। ਡੰਗ ਚਲਾਉਂਦੇ ਨੇ, ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ।
ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ, ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ, ਕਦੇ ਕਦੇ ਵੇਸਵਾ ਦਾ ਕੋਈ ਦਿਲਦਾਰ ਨਹੀਂ ਹੁੰਦਾ, ਜਣੇ ਖੜੇ ਨਾ ਲੋਕੋ ਇਸ਼ਕ ਵਪਾਰ ਨਹੀਂ ਹੁੰਦਾ, ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ, ਕੋਈ ਯਾਰ ਨਹੀਂ ਹੁੰਦਾ। ਅੱਜ ਦੁਨੀਆ 'ਚ ਸਭ ਤੋਂ ਵੱਧ ਰੌਲਾ ਪੈਂਦਾ ਗਾ ਜਦੋਂ 6.5 ਬੈਂਡ ਜਾਂ 7 ਬੈਂਡ ਆ ਗਏ, ਸਮਝ ਲਓ ਕਿਸੇ ਦੀ ਬਣ ਗਈ ਅਤੇ ਕਿਸੇ ਦੀ ਕੁੱਲੀ ਢਹਿ ਗਈ। ਕਹਿੰਦੇ ਜਦੋਂ ਆਉਂਦੇ 7 ਬੈਂਡ ਫਿਰ ਟੁੱਟਦੇ ਸਟੈਂਡ। ਇੱਕ ਕ੍ਰੈਡਿਟ ਕਾਰਡ ਤੇ ਇੱਕ ਲਿਮਿਟ, ਇਹ ਚੱਕਣੀਆਂ ਬਹੁਤ ਸੌਖੀਆਂ।
ਪਰ ਜਦੋਂ ਇਹਨਾਂ ਨੂੰ ਵਰਤ ਲੈਂਦੇ ਨਾ ਫਿਰ ਇਹ ਭਰਨੀਆਂ ਬਹੁਤ ਆਉਂਦੀਆਂ। ਜ਼ਿਮੀਦਾਰ ਨੂੰ ਲਿਮਟ ਤੇ ਪੜ੍ਹੇ ਲਿਖੇ ਨੂੰ ਕ੍ਰੈਡਿਟ ਕਾਰਡ। ਬਹੁਤ ਸੋਚ ਸਮਝ ਕੇ ਚੱਕਣੇ ਚਾਹੀਦੇ ਤੇ ਬਹੁਤ ਸੋਚ ਸਮਝ ਕੇ ਖਰਚਣੇ ਚਾਹੀਦੇ ਨੇ। ਤਾਂ ਹੀ ਕਹਿੰਦੇ ਹੈ ਡੋਬਦੀ ਲਿਮਟ ਚੱਕ ਜ਼ਿਮੀਦਾਰ ਮਿਰਜ਼ਾ ਇੱਕ ਭੈਣਾਂ ਦੀ ਇੱਕੋ ਹੀ ਫਰਮਾਇਸ਼ ਪੂਰੇ ਪ੍ਰੋਗਰਾਮ 'ਚ ਕੋਈ ਫਰਮਾਇਸ਼ ਨਹੀਂ ਕੀਤੀ, ਵਿਚਾਰੀਆਂ ਚੁੱਪ ਚਾਪ ਹੀ ਬੈਠੀਆਂ ਰਹੀਆਂ। ਇੱਕੋ ਹੀ ਫਰਮਾਇਸ਼ ਸੀ ਤੇ ਮੈਂ ਨਹੀਂ ਚਾਹੁੰਦੀ ਉਹ ਭਾਵੇਂ ਮੈਨੂੰ ਕਮੇਟੀ ਨੂੰ ਨਾਰਾਜ਼ ਕਰਨਾ ਪਵੇ, ਮੈਂ ਉਹ ਫਰਮਾਇਸ਼ ਲਾ ਕੇ ਜਾਣੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਕਿਸੇ ਵੀ ਇਕੱਲੇ ਬੰਦੇ ਦੀ ਅਰਦਾਸ 'ਤੇ ਇੰਨੀ ਤਾਕਤ ਨਹੀਂ ਹੁੰਦੀ ਜਿਵੇਂ ਬਾਣੀ 'ਚ ਵੀ ਲਿਖਿਆ ਕਿ ਵਿਅਰਥੀ ਨਾ ਜਾਏ ਜਨ ਕੇ ਅਰਦਾਸ। ਜਦੋਂ ਸਾਰਿਆਂ ਦੀ ਅਰਦਾਸ ਹੁੰਦੀ ਹੈ ਨਾ ਫਿਰ ਉਹ ਧੁਰ ਦਰਗਾਹ ਤੱਕ ਪਹੁੰਚਦੀ ਹੈ। ਤੀਜਾ ਕਾਰਨ ਬਲਕੌਰ ਦਿਆ ਸ਼ੇਰਾ ਚਰਨ ਕੌਰ ਦਿਆ ਸਾਇਆ ਕਿਹੜੇ ਅੰਬਰਾਂ ਚ ਜਾ ਕੇ ਵੇ ਤੂੰ ਸ਼ੁਭ ਘਰ ਪਾਇਆ ਕਿਹੜੇ ਅੰਬਰਾਂ ਚ ਜਾ ਕੇ ਵੇ ਤੂੰ ਸ਼ੁਭ ਘਰ ਪਾਇਆ ਵੱਡੇ ਪੈਰੀ ਗਏ ਹਾਏ
ਕੇ ਪੈਰੀਆਂ ਹੋਏ ਤੂੰ ਅਜੇ ਪੈਰੀ ਗਿਆ ਕੇ ਪੈਰੀਆਂ ਸਾ ਸ਼ੇਰਾ ਚੰਨ ਕੌਰੀ ਦੇ ਗਯਾ ਕਿਹੜੇ ਅੰਬਰਾਤ ਜਾਗੇ ਤੂੰ ਸ਼ੁਭ ਕਰ ਕਿਹੜੇ ਅੰਬਰਾਤ ਜਾਗੇ ਤੂੰ ਸ਼ੁਭ ਕਰ ਸੁਨੇ ਦੀ ਤੇ ਹਵੇਲੀ ਤੇਰਾ ਨਾਮ ਘਰ ਹਵੇਲੀ ਸੁਨੀ ਦੀ ਤੇ ਹਵੇਲੀ ਤੇਰਾ ਨਾਮ ਘਰ ਸਿੱਧੂ ਮੂਸੇ ਤੇਰਾ ਮੱਥਾ ਕਦੇ ਕਿਨੇ ਨਹੀਂ ਲਾਵਾਂ ਕਦੇ ਚੁੰਮਾ ਤੇਰਾ ਮੱਥਾ ਕਦੇ ਗਾਲੀ ਨਾਲੀ ਲਾਵਾਂ ਕਾਯੂ ਤੇ ਰੱਖੇ ਤੂੰ ਪੈਰ ਭੋਲੇ ਭੋਲੇ ਬੜਾ ਲੱਗੇਗਾ ਪਿਆਰਾ ਜਦੋਂ ਤੁਤੜਾ ਜਾ ਬੋਲੇ ਬੜਾ ਲੱਗੇਗਾ ਪਿਆਰਾ ਜਦੋਂ ਤੁਤੜਾ ਜਾ ਬੋਲੇ ਰੱਬ ਕਰ ਮੇਰੇ ਤੂੰ ਐਜ਼ਾ ਪੂਜੇ ਹੋਏ ਦੀਵਿਆਂ ਨੂੰ ਆ ਕੇ ਰੁਸ਼ਨਾ ਦਾ ਹੋਏ ਤੂੰ ਅੱਡੇ ਪੈਰ ਗਿਆ ਨਿੱਕੇ ਪੈਰੀਆਂ ਜਾਓ ਤੂੰ ਵੱਡੇ ਪੈਰ ਗਿਆ ਜਿਗਰਾ ਬਾਪੂ ਦਾ ਜਿਹੜਾ ਡੋਲਿਆ ਹੀ ਨਹੀਂ ਬੜਾ ਜਿਗਰਾ ਬਾਪੂ ਦਾ ਜਿਹੜਾ ਡੋਲਿਆ ਹੀ ਨਹੀਂ ਤੇਰੇ ਜਾਣ ਬਾਦ ਜ਼ਿਆਦਾ ਕਦੇ ਬੋਲਿਆ ਹੀ ਨਹੀਂ ਤੇਰੇ ਜਾਣ ਬਾਦ ਜ਼ਿਆਦਾ ਕਦੇ ਬੋਲਿਆ ਹੀ ਨਹੀਂ ਤੇਰੇ ਜਾਣ ਬਾਦ ਜ਼ਿਆਦਾ ਕਦੇ ਬੋਲਿਆ ਹੀ ਨਹੀਂ ਡਟਿਆ ਹੋਇਆ ਡਟਿਆ ਹੋਇਆ ਏ ਹੋਏ ਜ਼ੁਲਮ ਖਿਲਾਫ ਇਸ ਸਿਸਟਮ ਕੋਲੋਂ ਮੰਗ ਰਿਹਾ ਇਨਸਾਫ ਇਸ ਸਿਸਟਮ ਕੋਲੋਂ ਮੰਗ ਰਿਹਾ ਇਨਸਾਫ
ਜਦੋਂ ਸੁਣਨ ਪਾਰੀ ਮਾਂ ਜਾਉ ਤੈਥੋਂ ਵਾਰੀ ਜਦੋਂ ਸੁਣੂ ਕਲਕਾਰੀ ਮਾਂ ਜਾਉ ਤੈਥੋਂ ਵਾਰੀ ਅੱਗ ਬੜਦੀ ਕਣਕੇ ਠੰਡ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਸੰਗਤ, ਤੁਸੀਂ ਮੈਨੂੰ ਮੁਬਾਰਕਾਂ ਦਿੱਤੀਆਂ ਨੇ। ਮੈਂ ਕਹਿੰਦੀ ਹਾਂ ਵੀ ਜੇ ਸਵੇਰੇ ਉੱਠ ਕੇ ਅਰਦਾਸ ਕਰਨੀ ਹੈ, ਕੱਲੀ ਆਪਦੇ ਲਈ ਨਹੀਂ ਕਰਨੀ ਚਾਹੀਦੀ। ਜੇ ਆਪਾਂ ਆਪਦੇ ਲਈ ਕਰਦੇ ਫਿਰ ਆਪਾਂ ਸੈਲਫਿਸ਼, ਪਹਿਲੀ ਗੱਲ ਤਾਂ ਗੁਰੂ ਘਰ ਜਾ ਕੇ ਮੰਗਣਾ ਹੀ ਨਹੀਂ ਚਾਹੀਦਾ। ਪਤਾ ਕੀ ਹੁੰਦਾ, ਕਈ ਵਾਰ ਪਰਮਾਤਮਾ ਜ਼ਿਆਦਾ ਦੇਣਾ ਚਾਹੁੰਦਾ ਹੁੰਦਾ। ਮੰਨ ਲਓ ਆਪਾਂ ਕਿਸੇ ਹੱਟੀ 'ਤੇ ਚਲੇ ਗਏ, ਕਹਿੰਦੀ ਇੱਕ ਮੋਟੀ ਜਿਹੀ ਮਿਸਾਲ ਹੈ, ਆਪਾਂ ਕਿਸੇ ਦੁਕਾਨ 'ਤੇ, ਤੁਹਾਡੀ ਹੱਟੀ ਹੈ, ਮੈਂ ਤੁਹਾਡੀ ਹੱਟੀ 'ਤੇ ਚਲੀ ਗਈ, ਤੁਹਾਡੀ ਹੱਟੀ 'ਤੇ ਦੁਨੀਆਂ ਦੀਆਂ ਸਾਰੀਆਂ ਨੇਮਤਾਂ ਨੇ, ਹੈਂ, ਮੈਨੂੰ ਇਹ ਪਤਾ ਲੱਗ ਗਿਆ ਵੀ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ, ਮੈਨੂੰ ਇਹ ਪਤਾ ਲੱਗ ਗਿਆ ਵੀ ਤੁਸੀਂ ਹੱਟੀ ਦੇ ਮਾਲਕ ਹੋ, ਤੁਹਾਡੀ ਹੱਟੀ 'ਚ ਸਾਰੀਆਂ ਨੇਮਤਾਂ ਨੇ, ਦੁਨੀਆਂ ਦੀ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਤੁਹਾਡੀ ਹੱਟੀ 'ਤੇ ਹੈ ਨਹੀਂ, ਅਤੇ ਮੈਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਤੋਂ ਤੁਸੀਂ ਖੁਸ਼ ਹੋ, ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ। ਜੇ ਮੈਂ ਇਨਸਾਨੀ ਜੀਵ ਰਹੀ ਤਾਂ ਮੈਂ ਥੋੜ੍ਹਾ ਜਿਹਾ ਸਮਾਨ ਤੁਹਾਡੇ ਤੋਂ ਮੰਗ ਕੇ ਵਾਪਸ ਆ ਜੀ। ਜੇ ਮੈਂ ਤੁਹਾਡੇ ਲੜ ਲੱਗੀ ਰਹੀ ਫਿਰ ਮੈਂ ਪਤਾ ਕੀ ਮੰਗੂੰਗੀ, ਵੀ ਮੈਨੂੰ ਦੁਕਾਨ ਨਹੀਂ ਚਾਹੀਦੀ, ਤੁਹਾਡਾ ਹੱਥ ਮੇਰੇ ਸਿਰ 'ਤੇ ਚਾਹੀਦਾ। ਕਹਿੰਦੇ ਜਦੋਂ ਅਕਾਲ ਪੁਰਖ ਦਾ ਹੱਥ ਸਿਰ 'ਤੇ ਹੈ ਫਿਰ ਦੁਨੀਆਂ 'ਚ ਕੋਈ ਬੁਰਾਈ ਆਪਾਂ ਨੂੰ ਛੂਹ ਨਹੀਂ ਸਕਦੀ, ਕੋਈ ਆਪਣਾ ਮਾੜਾ ਨਹੀਂ ਕਰ ਸਕਦਾ, ਹਰ ਸ਼ੈ ਆਪਣੇ ਕੋਲੇ ਹੋ। ਜਦੋਂ ਵੀ ਮੰਗਣਾ ਪਰਮਾਤਮਾ ਨੂੰ ਮੰਗੋ, ਉਹਦਾ ਹੱਥ ਮੰਗੋ। ਮੈਂ ਕਦੇ ਵੀ ਮੰਗਦੀ ਹਾਂ ਸਵੇਰੇ ਉੱਠ ਕੇ, ਮੈਂ ਕੋਈ ਭਗਤ ਨਹੀਂ ਤਾਂ ਹੈ ਨਹੀਂ, ਮੈਂ ਇੱਕ ਆਮ ਇਨਸਾਨ ਹਾਂ, ਪਰ ਮੈਂ ਇਸ ਗੱਲ 'ਤੇ ਜ਼ਰੂਰ ਵਿਸ਼ਵਾਸ ਕਰਦੀ ਹਾਂ ਵੀ ਵੰਡ ਛਕੋ, ਕਿਰਤ ਕਰੋ। ਮੇਰੇ ਇਸ ਕੰਮ ਨੂੰ ਕੌਣ ਚੰਗਾ ਕਹਿੰਦਾ, ਕੌਣ ਮੰਦਾ ਕਹਿੰਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਮੇਰੇ ਦਿਲ ਨੂੰ ਪਤਾ, ਮੈਂ ਆਪਦੇ ਅਕਾਲ ਪੁਰਖ ਨਾਲ ਅੱਖ ਮਿਲਾ ਕੇ ਗੱਲ ਕਰ ਸਕਦੀ ਹਾਂ। ਤੁਹਾਡੇ ਕੰਮ ਨੂੰ ਕੌਣ ਮਾੜਾ ਕਹਿੰਦਾ, ਕੌਣ ਚੰਗਾ ਕਹਿੰਦਾ, ਡੋਂਟ ਵਰੀ, ਕਦੀ ਟੈਨਸ਼ਨ ਨਾ ਮੰਨੋ, ਕਿਉਂਕਿ ਦੁਨੀਆਂ ਦਾ ਕੰਮ ਹੈ ਚੰਗਾ ਮਾੜਾ ਕਹਿਣਾ। ਇੱਕ ਗੱਲ ਸਿੱਖ ਲਓ ਵੀ ਜਾਣ ਦਿਓ ਸਿੱਖਣਾ ਸਰਦਾਰ ਸਾਹਿਬ ਬਹੁਤ ਔਖਾ, ਸੱਚੀ ਬਹੁਤ ਔਖਾ। ਆਪਾਂ ਕਹਿ ਤਾਂ ਦਿੰਦੇ ਹਾਂ ਵੀ ਜਾਣ ਦਿਓ, ਇੱਕ ਟੇਬਲ ਕਹਿ ਦਿਓ ਰਾਜੇ ਵੀ ਜਾਣ ਦਿਓ, ਜਾਂ ਕੁਰਸੀ ਦੇ ਦਿਓ ਵੀ ਜਾਣ ਦਿਓ। ਕਿਸੇ ਬੰਦੇ ਨੇ ਕਿਸੇ ਤੋਂ ਪੁੱਛਿਆ ਵੀ ਮੈਂ ਸੌਖਾ ਕਿਵੇਂ ਹੋ ਸਕਦਾ, ਕਹਿੰਦਾ ਇੱਕ ਲਫਾਜ਼ ਸਿੱਖ ਲਾ ਬਸ ਜਾਣ ਦਿਓ। ਉਹ ਕਹਿੰਦਾ ਜੀ ਵੀ ਮੈਂ ਜਾਣ ਦੇ ਦਾ ਮੈਂ ਮਤਲਬ ਨਹੀਂ ਸਮਝਿਆ,
ਕਹਿੰਦਾ ਬਸ ਜੇ ਜ਼ਿੰਦਗੀ 'ਚ ਸੌਖਾ ਹੋਣਾ ਹੈ ਤੇ ਇੱਕ ਸ਼ਬਦ ਸਿੱਖ ਲਾ ਵੀ ਜਾਣ ਦੇ। ਉਹ ਕਹਿੰਦੇ ਜੀ ਮੈਨੂੰ ਤੁਸੀਂ ਦੱਸੋਗੇ ਫਿਰ ਹੀ ਮੈਨੂੰ ਪਤਾ ਲੱਗੂ ਵੀ ਜਾਣ ਦੇ ਦਾ ਮਤਲਬ ਕੀ ਹੈ। ਕਹਿੰਦੇ ਤੂੰ ਜਾ ਹੀ ਆਉਣਾ, ਤੇਰੀ ਚਿੱਟੀ ਸ਼ਰਟ ਪਾਈ ਹੈ, ਪੈਂਟ ਪਾਈ ਹੈ, ਤੂੰ ਆਪਦੀ ਨੌਕਰੀ ਕਰਨ ਚੱਲੇ ਰਾਹ 'ਚ ਤੁਰਿਆ ਜਾਂਦਾ। ਰਾਹ 'ਚ ਇੱਕ ਛੋਟਾ ਜਿਹਾ ਟੋਆ ਆ ਗਿਆ, ਵੱਡਾ ਚਿੱਕੜ ਨਾਲ ਭਰਿਆ, ਦਲ ਦਲ ਨਾਲ ਭਰਿਆ। ਉਹਦੇ 'ਚ ਇੱਕ ਸੂਰ ਨੇ ਛਾਲ ਮਾਰੀ, ਸੂਰ ਪੂਰਾ ਲਿਪੜ ਗਿਆ ਉਸ ਦਲ ਦਲ ਦੇ ਅੰਦਰ। ਇੱਕ ਵਾਲ ਵੀ ਉਹਦਾ ਸਾਫ਼ ਨਹੀਂ ਰਿਹਾ, ਉਹ ਉਹਦੇ ਵਿੱਚ ਹੀ ਘੁਲੀ ਜਾਂਦਾ ਉਸ ਦਲ ਦਲ ਦੇ ਅੰਦਰ, ਉਸ ਚਿੱਕੜ ਦੇ ਅੰਦਰ। ਉਹ ਸੂਰ ਹੈ ਜਿਹੜਾ, ਕਿਉਂਕਿ ਉਹਦੀ ਤਾਂ ਲਾਈਫ ਹੈ, ਉਹ ਚਿੱਕੜ ਉਹਦੀ ਜ਼ਿੰਦਗੀ ਹੈ, ਉਹ ਤਾਂ ਉਹ ਚਿੱਕੜ ਉਹਨੂੰ ਵਧੀਆ ਲੱਗਦਾ, ਉਹਦੇ 'ਚ ਉਹ ਘੁਲੀ ਜਾਂਦਾ। ਇੱਕ ਇਨਸਾਨ ਉਸ ਚਿੱਕੜ ਕੋਲ ਦੀ ਲੰਘ ਗਿਆ, ਉਹਦੀ ਸ਼ਰਟ 'ਤੇ ਜਦੋਂ ਸੂਰ ਉਹ ਚਿੱਕੜ ਦਾ ਘੁਲੀ ਜਾਂਦਾ, ਇੱਕ ਛੋਟਾ ਜਿਹਾ ਛਿੱਟਾ ਪੈ ਗਿਆ। ਹੁਣ ਜਿਨ੍ਹਾਂ ਨੇ ਉਹਨੂੰ ਕਿਹਾ ਸੀਗਾ ਵੀ ਜੇ ਤੂੰ ਸੌਖਾ ਹੋਣਾ ਤਾਂ ਜਾਣ ਦੇ ਸ਼ਬਦ ਸਿੱਖ ਲਾ, ਉਹਨੇ ਉਹ ਸ਼ਰਟ ਲਈ ਅਤੇ ਉਸ ਬੰਦੇ ਕੋਲ ਚਲੇ ਗਏ। ਕਹਿੰਦੇ ਜੀ ਹੁਣ ਮੈਂ ਦਫ਼ਤਰ ਜਾਣਾ ਸੀ ਅਤੇ ਮੈਂ ਕੋਲ ਦੀ ਟੱਪਿਆ ਅਤੇ ਸੂਰ ਦਲ ਦਲ 'ਚ ਘੁਲੀ ਜਾਂਦਾ ਸੀ, ਅਤੇ ਆਹ ਮੇਰੇ ਇੱਕ ਛਿੱਟਾ ਵੱਜ ਗਿਆ, ਹੁਣ ਦੱਸੋ ਵੀ ਮੈਂ ਕੀ ਕਰਾਂ, ਮੈਂ ਦਫ਼ਤਰ ਨਹੀਂ ਜਾ ਸਕਦਾ। ਕਹਿੰਦੇ ਫਿਰ ਤੇਰੇ ਕੋਲ ਬਾਈ ਦੋ ਰਾਹ ਨੇ। ਕਹਿੰਦੇ ਜੀ ਕਿਹੜੇ? ਕਹਿੰਦਾ ਜਾਂ ਤਾਂ ਸੂਰ ਵਾਂਗੂ ਦਲ ਦਲ 'ਚ ਮਾਰ ਛਾਲ, ਉਹਦੇ ਵਰਗਾ ਤੂੰ ਹੋ ਜਾ। ਹੁਣ ਤਾਂ ਇੱਕ ਛਿੱਟਾ ਹੀ ਪਿਆ, ਫਿਰ ਸਾਰੇ ਕੱਪੜੇ ਗੰਦੇ ਹੋ ਜਾਣ, ਫਿਰ ਤੂੰ ਸਾਰਾ ਹੀ ਗੰਦਿਆ ਹੋ ਜਾਏ। ਜੇ ਤੂੰ ਸਾਰਾ ਗੰਦਾ ਹੋਣਾ ਉਹ ਤੋਂ ਬਦਲਾ ਲੈਣਾ ਹੈ ਵੀ ਉਹਨੇ ਇੱਕ ਛਿੱਟਾ ਪਾਇਆ। ਫਿਰ ਸੂਰ ਵਾਲੀ ਦਲ ਦਲ 'ਚ ਛਾਲ ਮਾਰ, ਸਾਰੀ ਉਮਰ ਉਸ ਦਲ ਦਲ 'ਚ ਹੀ ਰਹੇਗਾ, ਫੈਸਲਾ ਨਹੀਂ ਹੋਣਾ। ਹਾਂ ਜੇ ਤੂੰ ਜਾਣ ਦੇ ਕਹਿਣਾ ਇੱਕ ਛਿੱਟਾ ਹੀ ਵੱਜਿਆ, ਇਹਨੂੰ ਸਾਫ਼ ਕਰ, ਆਪਦੇ ਦਫ਼ਤਰ ਜਾ, ਨੌਕਰੀ ਕਰਕੇ ਖਰੇ ਇਹ ਦੁਨੀਆ ਇਸ ਦਲ ਦਲ ਵਰਗੀ ਹੈ। ਜਦੋਂ ਆਪਾਂ ਜਾਣਦੇ ਸਿੱਖ ਲਾਂਗੇ ਨਾ, ਉਸ ਸ਼ਰਟ ਵਾਂਗੂ ਜਿੰਨਾ ਆਪਾਂ ਦੁਨੀਆ ਨਾਲ ਬੈਸਾਂਗੇ, ਜਿੱਦਾਂਗੇ, ਲੜਾਂਗੇ, ਆਪਦੀ ਸਫਾਈ ਦੇਵਾਂਗੇ ਵੀ ਨਹੀਂ ਅਸੀਂ ਆ ਨਹੀਂ, ਉਹਨਾਂ ਆਪਾਂ ਔਖੇ ਹੋਵਾਂਗੇ। ਉਹ ਸੂਰ ਦੇ ਚੱਕੜ ਵਾਂਗੂ ਉਹਨਾਂ ਹੀ ਆਪਾਂ ਕ੍ਰੋਧ 'ਚ, ਟੈਨਸ਼ਨ 'ਚ ਲਿਬੜੀ ਜਾਵਾਂਗੇ। ਜਦੋਂ ਆਪਾਂ ਜਾਣਦੇ ਕਹਿ ਦਾਂਗੇ, ਫਿਰ ਨਾ ਚੱਕੜ ਆਪਣੇ ਨੇੜੇ, ਨਾ ਸੂਰ ਆਪਣੇ ਨੇੜੇ, ਨਾ ਟੈਨਸ਼ਨ ਆਪਣੇ ਨੇੜੇ, ਇੱਕ ਸ਼ਾਂਤੀ ਦੀ ਜ਼ਿੰਦਗੀ। ਮੈਂ ਹਾਂ, ਮੈਂ ਸਿੰਗਰ ਹਾਂ, ਮੈਨੂੰ ਇਹ ਥੋੜ੍ਹੀ ਹੈ ਵੀ ਮੈਨੂੰ ਸਾਰੇ ਅੱਛੇ ਲੋਕ ਮਿਲਦੇ। ਮੈਨੂੰ ਸਰਦਾਰ ਸਾਹਿਬ ਕਈ ਲੋਕ ਕਹਿੰਦੇ ਗਾਉਣ ਵਾਲੀ ਗਾਉਣ ਵਾਲੀ, ਮੈਂ ਕਈ ਵਾਰ ਕਮੈਂਟ ਵੀ ਆਮ ਥੱਲੇ ਪੜ੍ਹਦੀ ਹੁੰਦੀ ਹਾਂ ਵੀ ਇਹਨਾਂ ਦਾ ਕੀ ਆ ਯਾਰ, ਇਹ ਤਾਂ ਗਾਉਣ ਵਾਲੀ, ਉਹ ਬਾਬਾ ਜੀ ਵੱਲ ਹੱਥ ਕਰਕੇ ਕਹਿੰਦੇ, ਬਹੁਤੇ ਲੋਕ ਹੀ ਕਮੈਂਟ ਕਰਦੇ ਯਾਰ ਇਹਨਾਂ ਦਾ ਕੀ ਆ ਤਾਂ ਗਾਉਣ ਵਾਲੀ। ਪਰ ਮੈਂ ਕਹਿੰਦੀ ਹਾਂ, ਮੈਂ 11-12-13 ਸਾਲਾਂ ਦੀ ਜਦੋਂ ਇਸ ਲਾਈਨ 'ਚ ਆ ਗਈ, ਧੱਕੇ ਖਾਣ ਲੱਗ ਗਈ, ਮੈਂ ਹਰ ਸੁੱਖ ਆਪਦੀ ਮਾਂ ਨੂੰ ਦਿੱਤਾ, ਮੈਂ ਹਰ ਸੁੱਖ ਆਪਦੇ ਬਾਪ ਨੂੰ ਦਿੱਤਾ, ਮੈਂ ਹਰ ਸੁੱਖ ਆਪਦੇ ਭਰਾਵਾਂ ਨੂੰ ਦਿੱਤਾ, ਮੈਂ ਹਰ ਸੁੱਖ ਆਪਦੀ ਭੈਣ ਨੂੰ ਦਿੱਤਾ, ਹਰ ਸੁੱਖ ਗਾਹਾਂ ਉਹਨਾਂ ਦੇ ਬੱਚਿਆਂ ਨੂੰ ਦਿੱਤਾ, ਮੈਂ ਹਰ ਸੁੱਖ ਆਪਦੇ ਸੱਸ ਸਹੁਰੇ ਨੂੰ ਦਿੱਤਾ, ਮੈਂ ਹਰ ਸੁੱਖ ਆਪਦੇ ਪਤੀ ਨੂੰ ਦਿੱਤਾ, ਮੈਂ ਹਰ ਸੁੱਖ ਆਪਦੇ ਜੇਠਾਂ ਨੂੰ ਦਿੱਤਾ, ਆਪਦੀਆਂ ਜੇਠਾਣੀਆਂ ਨੂੰ ਦਿੱਤਾ, ਉਹਨਾਂ ਦੇ ਬੱਚਿਆਂ ਨੂੰ ਦਿੱਤਾ, ਮੈਂ ਹਰ ਸੁੱਖ ਜਿਹੜਾ ਸਾਡੇ ਘਰ ਵਰਕਰ ਕੰਮ ਕਰਦਾ ਨਾ ਉਹਨੂੰ ਦਿੱਤਾ, ਸਿਰਫ ਆਪਦੇ ਆਪ ਨੂੰ ਤਕਲੀਫ ਦੇ ਕੇ। ਜੇ ਹਾਲੇ ਵੀ ਲੋਕ ਮੈਨੂੰ ਕਹਿਣਗੇ ਵੀ ਗਾਉਣ ਵਾਲੀ ਮਾੜੀ ਹੁੰਦੀ ਹੈ, ਤਾਂ ਮੈਂ ਸਰਦਾਰ ਸਾਹਿਬ ਹਰ ਜਨਮ 'ਚ ਜਸਵਿੰਦਰ ਬਰਾੜ ਗਾਉਣ ਵਾਲੀ ਬਣਨਾ ਚਾਹੂੰਗੀ ਹਰ ਜਨਮ 'ਚ। ਜੇ ਇੰਨਾ ਤਪੱਸਿਆ ਕਰਕੇ ਵੀ ਲੋਕ ਇਹ ਕਹਿਣਗੇ ਵੀ ਜਸਵਿੰਦਰ ਬਰਾੜ ਗਾਉਣ ਵਾਲੀ ਹੈ, ਆਹ ਕੁੜੀ ਦਾ ਕੀ ਆ ਯਾਰ ਇਹ ਤਾਂ ਗਾਉਣ ਵਾਲੀ ਹੈ,
ਫਿਰ ਮੈਨੂੰ ਗਾਉਣ ਵਾਲੀ ਸਾਰੀ ਉਮਰ ਕਹਾਉਣਾ ਮਨਜ਼ੂਰ ਹੈ। ਕਹਿੰਦੇ ਬਹੁਤ ਕੁਛ ਪਾਉਣ ਲਈ ਰਾਜੇ ਬਹੁਤ ਕੁਛ ਗਵਾਉਣਾ ਪੈਂਦਾ। ਜਦੋਂ ਮੈਨੂੰ ਕੋਈ ਗਾਉਣ ਵਾਲੀ ਕਹਿ ਦਿੰਦਾ ਨਾ, ਮੇਰਾ ਜਿਹੜਾ ਹਾਰਟ ਆ ਲੀਰ ਉਹ ਲੀਰ ਹੋ ਜਾਂਦਾ। ਆਪਾਂ ਨੂੰ ਕਲਾਕਾਰ ਵੀ ਕਹਿ ਸਕਦੇ ਹਾਂ, ਆਪਾਂ ਸਿੰਗਰ ਵੀ ਕਹਿ ਸਕਦੇ ਹਾਂ, ਅਦਰ ਨਾਲ ਆਪਾਂ ਇਹ ਵੀ ਕਹਿ ਸਕਦੇ ਵੀ ਇਹਦਾ ਕੰਮ ਹੈ, ਮੇਰਾ ਵਰਕ ਹੈ। 4 ਘੰਟੇ 5 ਘੰਟੇ ਮੈਂ ਗਾਉਂਦੀ ਹਾਂ, ਇਹ ਮੇਰੀ ਜੋਬ ਹੈ। ਸਾਜੀ ਸਾਜ ਲਗਾਈ ਜਾਂਦੇ, ਇਹ ਇਹਨਾਂ ਦੀ ਜੋਬ ਹੈ। ਸਾਊਂਡ ਵਾਲੇ ਨੇ ਸਾਊਂਡ ਲਾਈ, ਇਹਨਾਂ ਦੀ ਜੋਬ ਹੈ। ਫੋਟੋਗ੍ਰਾਫਰ ਨੇ ਲਾਈਵ ਪੇਸ਼ ਕੀਤਾ, ਇਹ ਇਹਨਾਂ ਦੀ ਜੋਬ। ਕਿਉਂਕਿ ਕੰਮ ਕੋਈ ਮਾੜਾ ਨਹੀਂ ਹੁੰਦਾ। ਹਾਂ, ਜੇ ਮੈਂ ਮਾੜੀ ਹੋਈ ਫਿਰ ਮੈਂ ਸੰਗੀਤ ਨੂੰ ਵੀ ਮਾੜਾ ਬਣਾ ਦਿਆ। ਸੰਗੀਤ ਕਦੇ ਬੁਰਾ ਨਹੀਂ ਹੁੰਦਾ, ਸੰਗੀਤ ਤੋਂ ਤਾਂ ਰੱਬ ਮਿਲਦਾ। ਜੇ ਕਿਤੇ ਸੰਗੀਤ ਮਾੜਾ ਹੁੰਦਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਗਾਂ 'ਚ ਨਾ ਲਿਖੇ ਜਾਂਦੇ। ਸਾਰੀ ਬਾਣੀ ਰਾਗਾਂ ਦੇ ਅੰਦਰ, ਸਾਰੀ ਬਾਣੀ। ਕਦੇ ਤੁਸੀਂ ਜਪਜੀ ਸਾਹਿਬ ਅਤੇ ਰਹਿਰਾਸ ਸਾਹਿਬ ਸੁਣਿਓ? ਇੱਕ ਭਾਈ ਸਾਹਿਬ ਨੇ ਰਹਿਰਾਸ ਅਤੇ ਜਪਜੀ ਸਾਹਿਬ ਗਾਇਆ, ਉਹ ਮੈਂ ਉਹਨਾਂ ਦਾ ਨਾਂ ਭੁੱਲ ਗਈ। ਤੁਸੀਂ ਉਹਨੂੰ ਲਾ ਕੇ ਸੁਣੋ, ਤੁਹਾਡੇ ਲੂਹ ਕੰਡੇ ਖੜੇ ਹੋ ਜਾਣਗੇ। ਇੰਨਾ ਸੋਹਣਾ ਗਾਇਆ। ਜੇ ਕਹਿੰਦੇ ਸੰਗੀਤ ਜਾਂ ਸਾਜ਼, ਕਈ ਵਾਰ ਲੋਕ ਕਹਿੰਦੇ ਨਾ ਤਬਲੀਆਂ ਢੋਲ ਕੇ ਚੱਕੋ ਯਾਰ, ਆਹ ਤਬਲਾ ਨਾ ਜਿਹੜਾ ਇਹ ਬਾਣੀ ਦੇ ਅੰਦਰ ਵੀ ਵੱਜਦਾ। ਪਰ ਫਰਕ ਇੰਨਾ ਹੈ ਵੀ ਜਦੋਂ ਇਹ ਬਾਣੀ ਨਾਲ ਵੱਜਦਾ ਉਦੋਂ ਇਹ ਗੁਰੂ ਦਾ ਮਿਲ ਜਾਂਦਾ। ਫਰਕ ਇੰਨਾ ਹੈ ਵੀ ਜਦੋਂ ਇਹ ਬਾਣੀ ਨਾਲ ਸਾਜ਼ ਵੱਜਦੇ ਆ ਨਾ, ਗੁਰੂ ਘਰ 'ਚ ਵੱਜਦੇ ਆ, ਉਦੋਂ ਇਹਨਾਂ ਦੀ 84 ਕੱਟੀ ਜਾਂਦੀ ਹੈ। ਫਿਰ ਇਹ ਤਾਂ ਜਾ ਕੇ ਮਿਲ ਜਾਂਦੇ। ਜਦੋਂ ਕਿਤੇ ਮਾੜੀ ਸੋਚ ਨਾਲ ਵੱਜਦੇ ਆ, ਫਿਰ ਇਹ ਦੁਨੀਆਦਾਰੀ ਦੀ 84 ਆ ਜਾਂਦੇ। ਇਸ ਕਰਕੇ ਸੰਗੀਤ ਬਹੁਤ ਵਧੀਆ ਚੀਜ਼, ਬਹੁਤ ਵਧੀਆ ਚੀਜ਼। ਕਦੇ ਇਹਦੇ ਵਿੱਚ ਵੜ ਕੇ ਦੇਖੋ, ਇਹਨੂੰ ਫੀਲ ਕਰਕੇ ਦੇਖੋ, ਕੰਮ ਕੋਈ ਬੁਰਾ ਨਹੀਂ ਬੰਦਾ ਬਣਾ। ਮੈਂ ਛੋਟੀਆਂ ਬੇਟੀਆਂ ਨੂੰ ਇਹ ਗੱਲ ਸਮਝਾਈ ਹੈ, ਕਿਉਂਕਿ ਜ਼ਿੰਦਗੀ ਦੇ ਵੱਖੋ ਵੱਖ ਰਾਹ ਆਉਂਦੇ ਨੇ। ਖਾਸ ਕਰਕੇ ਬੇਟੀਆਂ ਨੂੰ ਸੋਲਿਡ ਹੋਣਾ ਚਾਹੀਦਾ, ਬਹੁਤ ਜ਼ਿਆਦਾ ਸੋਲਿਡ ਹੋਣਾ ਚਾਹੀਦਾ। ਮੇਰੀ ਬੇਟੀ ਇੱਕ, ਮੈਂ ਹਮੇਸ਼ਾ ਕਹਿੰਦੀ ਹੁੰਦੀ ਵੀ ਤੂੰ ਮੇਰੇ ਲਈ 1.25 ਲੱਖ। ਕਦੇ ਜ਼ਿੰਦਗੀ 'ਚ ਇਹ ਨਹੀਂ ਸੋਚਣਾ ਵੀ ਤੂੰ ਇਕੱਲੀ। ਪਰਮਾਤਮਾ ਨੂੰ ਗੰਢ ਬੰਨ ਕੇ ਆਪਦੇ ਨਾਲ ਬੰਨ ਲਾ, ਪੂਰੀ ਦੁਨੀਆ ਤੇਰੇ ਨਾਲ ਜੁੜੂਗੀ। ਜਦੋਂ ਤੂੰ ਪਰਮਾਤਮਾ ਨੂੰ ਛੱਡਤਾ, ਪੂਰੀ ਦੁਨੀਆ ਤੇਰੇ ਖਿਲਾਫ ਹੋ। ਮੈਂ ਇੱਕੋ ਹੀ ਗੱਲ ਕਹਿ ਦਿੰਦੀ ਵੀ ਕਦੇ ਪੁੱਤ ਬੰਦੇ ਤੋਂ ਨਾ ਡਰੀ। ਜੇ ਡਰੀ ਤਾਂ ਸਮੇਂ ਤੋਂ ਅਤੇ ਉਸ ਤੋਂ ਡਰੀ, ਕਿਉਂਕਿ ਜੇ ਸਮਾਂ ਹੱਕ 'ਚ ਹੈ ਤਾਂ ਅੱਜ ਤੁਸੀਂ ਬੈਠੇ। ਜੇ ਮੇਰੇ ਸਮਾਂ ਹੱਕ 'ਚ ਨਾ ਹੁੰਦਾ, ਤੁਸੀਂ 2 ਘੰਟੇ ਪਹਿਲਾਂ ਹੀ ਸਾਰਾ ਪੰਡਾਲ ਖਾਲੀ ਕਰ ਦੇਣਾ, ਤੁਸੀਂ ਚਲੇ ਜਾਣਾ। ਫਿਰ ਆਪਾਂ ਕਹਿੰਦੇ ਰੱਬ ਦਿਸਦਾ ਨਹੀਂ, ਮੈਨੂੰ ਤਾਂ ਮੇਰਾ ਰੱਬ ਦਿਸ ਗਿਆ, ਕਿਉਂਕਿ ਮੈਂ ਉੱਥੇ ਦਿਹਾੜੀ ਕੀਤੀ, ਮੈਂ ਆਪਦੀ ਰੁਜ਼ਗਾਰ ਕੀਤੀ, ਤੁਸੀਂ 3-3.5 ਘੰਟਿਆਂ ਦੇ ਆਈ ਬੈਠੇ ਹੋ ਚੁੱਪਚਾਪ, ਇਹਦਾ ਮਤਲਬ ਮੇਰਾ ਰੱਬ ਮੈਨੂੰ ਦਿਸ ਗਿਆ। ਜੇ ਮੈਂ ਹਾਲੇ ਵੀ ਕਹੂੰ ਵੀ ਮੈਨੂੰ ਰੱਬ ਦਿਸਿਆ ਨਹੀਂ ਤਾਂ ਦਰ ਫਿਟੇ ਮੂੰਹ ਮੇਰੇ। ਹਾਂ, ਜੇ ਰੱਬ ਮੇਰੇ 'ਤੇ ਖਿਲਾਫ਼ ਹੁੰਦਾ, ਮੇਰਾ ਸਮਾਂ ਮੇਰੇ ਖਿਲਾਫ਼ ਹੁੰਦਾ, 20 ਮਿੰਟਾਂ ਬਾਅਦ ਦਾ ਪੰਡਾਲ ਹੈ ਨਾ ਜਿਹੜਾ, ਇਹ ਖਾਲੀ ਹੁੰਦਾ, ਫਿਰ ਮੈਨੂੰ ਸੋਚਣਾ ਪੈਂਦਾ ਕਿ ਹਾਲੇ ਮੈਨੂੰ ਹੋਰ ਮਿਹਨਤ ਦੀ ਲੋੜ ਹੈ, ਮੇਰੇ ਤੋਂ ਅੱਜ ਕੋਈ ਗਲਤੀ ਹੋਈ ਹੈ। ਥੋੜ੍ਹਾ ਜਿਹਾ ਬੈਠੇ ਬੈਠੇ ਆਪਾਂ ਨੱਚੀਏ, ਕਿੰਨਾ ਸੋਹਣਾ ਬਾਬਾ ਜੀ ਨੇ ਮੌਸਮ ਕੀਤਾ। ਤਾੜੀਆਂ ਦੱਬ ਕੇ ਮਾਰੀ, ਭੈਣ ਰੋਟੀ ਸਵੇਰ ਦੀ ਖਾਧੀ, ਸੁਸਤ ਲੱਗਦੀ, ਤੁਹਾਡੇ ਨਾਲ ਦੀ ਮੈਂ ਖਾਧੀ, ਤੁਹਾਡੇ ਤੋਂ 2 ਘੰਟੇ ਪਹਿਲਾਂ ਵੀ ਖਾਧੀ ਹੋਊ। ਮੈਂ ਜੇ ਭੈਣ ਨੇ ਕਿਸੇ ਨੇ ਤਾੜੀ ਨਾ ਮਾਰੀ, ਤਾੜੀ ਮਾਰੀ ਨਹੀਂ, ਹਾਲੇ ਆਪਾਂ ਬੋਲੀਆਂ ਪਾਵਾਂਗੇ ਪੰਖ ਤੇ ਉਦੋਂ ਤੱਕ
ਸੰਦੀਪ ਆ ਮੇਰੀ ਘਰ ਵਾਲੀ ਦੇਖ ਲਓ ਜੀ ਕੁਰਸੀ ਤੇ ਚੜੀ ਬੈਠੀ ਹੱਲਿਆ ਗਿੱਧਾ ਮੈਂ ਗਿੱਧਾ ਕਰੀ ਮੈਂ ਲੈਣੇ ਮਾੜੇ ਬੰਦੇ ਨੂੰ ਤਾਂ ਜਨਾਨੀ ਲਈ ਸਰਦਾਰ ਸਾਹਿਬ ਦਵਾਲ ਲਿਆਉਣਾ ਮੈਂ ਦੱਸੋ ਦੀ ਭਾਬੀ ਸੋਹਣੀ ਜੋੜੀ ਬਣਦੀ ਹੈ ਫਿਰ ਆਹ ਚੱਕਣ ਦੀ ਕੀ ਲੋੜ ਹੈ ਜੇ ਜੋੜੀ ਬਣਦੀ ਹੈ ਤਾਂ ਖੇਡਦਾ ਇੱਕ ਅੱਧੀ ਤਾਂ ਵਿੱਚੋਂ ਨਿਕਲੇ ਉਹ ਵੀ ਇਹ ਮੈਨੂੰ ਕਹਿੰਦੇ ਅੱਜ ਤੂੰ ਮੈਨੂੰ ਮਾਰ ਪਵਾਈ ਨੜਦੇ ਕਰਮਾਂ ਵਾਲੀਆਂ ਤੇਰੀਆਂ ਨੜਦਾਂ ਤੇਰੀਆਂ ਸੱਸਾਂ ਤੇਰੀਆਂ ਦਰਾਣੀਆਂ ਤੇਰੀਆਂ ਜਠਾਣੀਆਂ ਸਾਰੀਆਂ ਇੱਥੇ ਆਣੀਆਂ ਮਾੜੇ ਜਿਹੇ ਪਾਸੇ ਹੋ ਜਾਓ ਥੋੜੀ ਚਾਚੀ ਥੋੜੀ ਬੱਲੇ ਬੱਲੇ ਆ ਚਾਚੀ ਆ ਸੋਟੀ ਫੜ ਮਾੜੀ ਜੀ ਆ ਗਿਆ ਮੇਰਾ ਪੁੱਤ ਹਾਂ 1 2 3 4 ਨੱਚ ਨੱਚ ਨੀ ਤੂੰ ਹੌਲੀ ਹੌਲੀ ਨੱਚ ਡਿੱਗ ਪਵੇ ਨਾ ਗਵਾਂਢੀ ਕੰਧ ਕੰਧ ਬੱਲੀਏ
ਸਾਰੇ ਪਿੰਡ ਨੂੰ ਪਸੰਦ ਭੱਲੀਏ, ਤੇਰਾ ਕਿੱਦਾਂ ਸਾਰੇ ਪਿੰਡ ਨੂੰ ਪਸੰਦ ਭੱਲੀਏ, ਤੇਰਾ ਕਿੱਦਾਂ ਸਾਰੇ ਪਿੰਡ ਨੂੰ ਪਸੰਦ ਭੱਲੀਏ। ਹੁੰਦੀਆਂ
ਰੱਬ ਨੇ ਬਣਾਇਆ ਕਿੰਨਾ ਸੋਹਣਾ ਦਿਲ ਰੱਬ ਨੇ ਬਣਾਇਆ ਜੀ ਕਰ ਦੇਖਦੇ ਰਵਾਂ ਕਿੰਨਾ ਸੋਹਣਾ ਦਿਲ ਕਿੰਨਾ ਸੋਹਣਾ ਦਿਲ ਕਿੰਨਾ ਸੋਹਣਾ ਦਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਾ ਸਤਿ ਸ਼੍ਰੀ ਅਕਾਲ ਵਾਹ ਹੈਲੋ ਮਿਹਰਬਾਨੀ ਬੀਬੀ ਵੀ ਗਈ ਤੇ ਸਭ ਜੁੜੋ ਆਪਾਂ ਨਾਰਾਜ਼ ਹੋ ਜਾਣਾ ਆਈ ਨਹੀਂ ਗੱਲ ਸਹੀ ਗੱਲ ਹੈ ਜੀ ਨਹੀਂ ਬਹੁਤ ਪਿਆਰੀ ਹੈ ਸੰਗਤ ਬਹੁਤ ਪਿਆਰੀ ਹੈ ਜੱਟ ਦੀ ਫਸਲ ਘੋੜੇ ਦੀ ਨਸਲ ਤੇ ਮੈਨੂੰ ਅਕਲ ਹੋਣੀ ਬਹੁਤ ਜ਼ਰੂਰੀ ਹੈ ਕਹਿੰਦੇ ਭਾਈਆਂ ਵਿੱਚ ਪਿਆਰ ਵੈਰੀ ਦੀ ਹਾਰ ਤੇ ਘਰ ਦੇ ਵਿੱਚ ਨਾਰ ਹੋਣੀ ਬਹੁਤ ਜ਼ਰੂਰੀ ਹੈ ਬਾਬਿਆਂ ਦੀ ਢਾਣੀ ਨੂਤੀ ਸਿਆਣੀ ਤੇ ਰੱਬ ਦੀ ਬਾਣੀ ਹੋਣੀ ਬਹੁਤ ਨੱਚੋ ਕੁੱਦੋ ਜ਼ਿੰਦਗੀ ਨੂੰ ਮਾਣੋ ਪਰਮਾਤਮਾ ਇਹ ਨਹੀਂ ਕਹਿੰਦਾ ਵੀ ਜ਼ਿੰਦਗੀ ਨੂੰ ਨਾ ਮਾਣੋ ਪਰ ਉਹਦਾ ਸ਼ੁਕਰੀਆ ਅਦਾ ਕਰਨਾ ਕਦੇ ਨਾ ਭੁੱਲੋ ਜਿਵੇਂ ਹੁਣ ਮਰਦ ਪ੍ਰਧਾਨ ਸਮਾਜ 'ਚ ਆਮ ਹੀ ਮੈਂ ਆਪਦੀ ਲਾਈਫ 'ਚ ਬਹੁਤ ਵਾਰੀ ਸੁਣਿਆ ਵੀ ਜਨਾਨੀ ਦਾ ਕੀ ਹੈ ਯਾਰ ਜਨਾਨੀ ਦੀ ਮੱਤ ਤਾਂ ਥੈਂਕ ਯੂ ਪੁੱਤ ਥੈਂਕ ਯੂ ਸੋਹਣੇ ਗੁੱਚੀ ਪਿੱਛੇ ਪਰ ਮੈਂ ਇਹ ਕਹਿੰਦੀ ਹਾਂ ਵੀ ਸ਼ੁਕਰ ਕਰੋ ਤੁਹਾਡੇ ਮੁਤਾਬਕ ਹੀ ਲਾ ਲਓ ਕਿਉਂ ਭੈਣ ਜੀ ਵੀ ਜਿਵੇਂ ਤੁਸੀਂ ਸੋਚਦੇ ਹੋ ਵੀ ਸਾਡੀ ਮੱਤ ਇੱਥੇ ਹੈ ਤੁਹਾਡੇ ਮੁਤਾਬਕ ਸਾਡੀ ਮੱਤ ਇੱਥੇ ਹੈ ਰੱਬ ਨੂੰ ਅਰਦਾਸ ਕਰਿਆ ਕਰੋ ਸਾਡੀ ਮੱਤ ਇੱਥੇ ਨਾ ਆ ਜੇ ਜਿੱਦਣ ਸਾਡੀ ਮੱਤ ਇੱਥੇ ਆ ਗਈ ਨਾ ਤਾਂ ਇੱਕ ਦਿਨ ਵੀ ਘਰ ਨਹੀਂ ਵਸਣਾ ਭਾਂਡੇ ਟੀਂਡੇ ਨਾਲ ਦੀ ਨਾਲ ਹੀ ਖਿਲਰ ਜਾਣਗੇ ਜਨਾਨੀ ਤਾਂ ਕਮਲੀ ਰਮਣੀ ਠੀਕ ਹੈ ਕਹਿੰਦੇ ਅਰਦਾਸ ਕਰਿਆ ਕਰੋ ਵੀ ਸਾਡੀ ਮੱਤ ਇੱਥੇ ਨਾ ਆਵੇ ਤੁਹਾਡੀ ਸੋਚ ਦੇ ਮੁਤਾਬਕ ਮੈਂ ਤਾਂ ਸੋਚਦੀ ਵੀ ਜਨਾਨੀ ਜਿੰਨਾ ਅਕਲਮੰਦ ਕੋਈ ਨਹੀਂ ਥੈਂਕ ਯੂ ਬੁੱਧੀ ਥੈਂਕ ਯੂ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਤਾਂ ਹੀ ਕਹਿੰਦੇ ਆ ਕਿ ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਹੈ ਤਾਲੀ ਨੀ ਚਾਲ ਤੇਂਦੂਏ ਵਰਗੀ ਕੁੜਤੇ ਗੀਸਾ ਕੋਟਣ ਵਾਲੀ ਨੀ ਕਿਤੇ ਹੱਡ ਵੈਰੀ ਦੇ ਪੋਲੇ ਅੱਧੀ ਰਾਤ ਪੁਲਿਸ ਵੀ ਟੋਲੇ ਹੋਇਆ ਮਰਡਰ ਤੂਤ ਦੇ ਓਲੇ ਨੇ ਬੰਬੀਹਾ ਬੋਲੇ ਤੇ ਇੱਕ ਕੱਤੀ ਪਾ ਕੇ ਜਾਣੀ ਭੈਣ ਜੀ ਤੁਸੀਂ ਸੈਟਿੰਗ ਕਰੋ ਵੀ ਮੈਨੂੰ ਤਾਂ ਰਹੀ ਹੈ ਸ਼ਿਕਾਇਤ ਮੇਰੇ ਵਿਆਹ ਨੂੰ 23 ਸਾਲ ਹੋ ਗਏ ਪੂਰੇ ਤੁਹਾਨੂੰ ਸ਼ਿਕਾਇਤ ਰਹੀ ਹੈ ਮੈਂ ਆਮ ਹੀ ਸੁਣਦੀ ਹਾਂ ਜਨਾਨੀਆਂ ਇੱਕ ਦੂਜੇ ਕੋਲੇ ਕਹਿੰਦੀਆਂ ਆਪਦੇ ਘਰ ਵਾਲੇ ਕੋਲੇ ਕਹਿੰਦੀ ਇੱਕ ਦੂਜੇ ਕੋਲੇ ਕੋਲੇ ਕਹਿੰਦੀ ਦੇਖੀ ਫਲਾਣੀ ਦਾ ਘਰ ਵਾਲਾ ਉਹ ਤਾਂ ਕਿੰਨਾ ਮਰਦਾ ਤੂੰ ਤਾਂ ਮੇਰੇ ਤੋਂ ਮਰਦਾ ਹੀ ਨਹੀਂ ਤੂੰ ਤਾਂ ਮੈਨੂੰ ਪਿਆਰ ਹੀ ਨਹੀਂ ਕਰਦਾ ਜਨਾਨੀ 80-85 ਸਾਲ ਦੀ ਹੋਜੂ ਮੈਂ ਕਹਿੰਦੀ ਅਰਥੀ ਤੱਕ ਜਦ ਤੱਕ ਉਹਦੀਆਂ ਅੱਖਾਂ ਖੁੱਲੀਆਂ ਨੇ ਉਦੋਂ ਤੱਕ ਬੰਦੇ ਵੱਲ ਝਾਕੂ ਵੀ ਤੂੰ ਮੇਰੇ ਤੇ ਮਰਦਾ ਦੇਖੀ ਫਲਾਣੀ ਦਾ ਘਰ ਵਾਲਾ ਉਹ ਤਾਂ ਕਿੰਨਾ ਮਰਦਾ ਫਲਾਣੀ ਦਾ ਘਰ ਵਾਲਾ ਉਹਨੂੰ ਕਿੰਨਾ ਪਿਆਰ ਕਰਦਾ ਸਾਰੀ ਉਮਰ ਜਨਾਨੀ ਨੂੰ ਸ਼ਿਕਾਇਤ ਰਹਿੰਦੀ ਹੈ ਰਹਿਣੀ ਵੀ ਚਾਹੀਦੀ ਹੈ ਕਿਉਂਕਿ ਉਹਨੇ ਪੂਰੀ ਦੁਨੀਆ 'ਚੋਂ ਇੱਕੋ ਹੀ ਬੰਦਾ ਸੁਣਿਆ ਹੁੰਦਾ ਜਿਹੜੀ ਜਨਾਨੀ ਹੈ ਜਨਾਨੀ ਦੇ ਨਾਂ 'ਤੇ ਜਿਹੜੀ ਦਾਗ ਹੈ ਉਹ ਨਹੀਂ ਮੈਂ ਜਨਾਨੀ ਦੀ ਔਰਤ ਦੀ ਗੱਲ ਕਰਦੀ ਹਾਂ ਜਿਹਨੇ ਪੂਰੇ ਸੰਸਾਰ 'ਚ ਇੱਕ ਦੇ ਲੜ ਜ਼ਿੰਦਗੀ ਲਾਈ ਹੁੰਦੀ ਹੈ ਅਤੇ ਹੁਣ ਇੱਕ ਵਿਚਾਰਾ ਭੋਲਾ ਜਿਹਾ ਸੀ ਕਹਿੰਦਾ ਯਾਰ ਵਿਆਹ ਨੂੰ 30-35 ਸਾਲ ਹੋ ਗਏ ਇਹਦੀ ਆਹੀ ਸ਼ਿਕਾਇਤ ਰਹੀ ਹੈ ਵੀ ਤੂੰ ਮੇਰੇ 'ਤੇ ਮਰਦਾ ਨਹੀਂ ਤੂੰ ਮੇਰੇ 'ਤੇ ਮਰਦਾ ਨਹੀਂ ਕਹਿੰਦਾ ਅੱਜ ਇਹਨੂੰ ਮੈਂ ਕੋਸ਼ਿਸ਼ ਥੈਂਕ ਯੂ ਭੈਣ ਜੀ ਥੈਂਕ ਯੂ ਭੈਣ ਜੀ ਥੈਂਕ ਯੂ ਮਿਹਰਬਾਨੀ ਭੈਣ ਜੀ ਟੀਚਰ ਲੱਗਦੇ ਹੋ ਤੁਸੀਂ ਮੈਨੂੰ ਥੈਂਕ ਯੂ ਥੈਂਕ ਯੂ ਅਤੇ
ਹਾਂਜੀ ਮੈਂ ਜਿਹੜੀ ਗੱਲ ਸੁਣਾ ਰਹੀ ਸੀ ਅੱਗੇ ਹੋ ਜੂ ਵੀ ਜਨਾਨੀ ਨੂੰ ਆਮ ਕਰਕੇ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਭੈਣ ਜੀ, ਤੁਹਾਨੂੰ ਤਾਂ ਨਹੀਂ ਸ਼ਿਕਾਇਤ ਵੀਰ ਦੀ ਤੱਕ ਹੋਊਗੀ, ਇਹ ਸ਼ਿਕਾਇਤ ਤਾਂ ਭਾਵੇਂ ਜੋ ਮਰਜ਼ੀ ਉਹ ਵਿਚਾਰਾ ਸੋਚ ਲੈਂਦਾ ਕਹਿੰਦਾ ਯਾਰ ਅੱਜ ਇਹਦਾ ਮੈਂ ਆਲਾ ਬਾਪ ਸੁਣਨ ਵਾਲੀ ਆਪਣੇ ਇੱਧਰਲੇ ਪੈਂਦੇ ਦੀ ਇੱਧਰਲੇ ਵੀ ਸੁਣ ਲੈਣ ਤਾਂ ਵਧੀਆ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਅਤੇ ਉਹ ਕਹਿੰਦਾ ਯਾਰ 35 ਸਾਲ 33 ਸਾਲ ਹੋ ਗਏ ਵਿਆਹ ਨੂੰ ਅਤੇ ਮੈਨੂੰ ਆਏ ਸ਼ਿਕਾਇਤ ਕਰੀ ਜਾਂਦੀ ਹੈ। ਅਤੇ ਉਹ ਹੁਣ ਉਹਦੇ ਕੋਲ ਸਕੂਟਰ ਹੈ ਜਾਂ ਸਾਈਕਲ ਹੈ, ਉਹਨੇ ਜੋ ਉਹਦੇ ਦਿਮਾਗ 'ਚ ਆਇਆ ਥੋੜ੍ਹਾ ਬਹੁਤ ਖਰੀਦਿਆ ਅਤੇ ਗੇਟ ਦੇ ਮੂਹਰੇ ਸਾਈਕਲ ਲਾ ਕੇ ਹੁਣ ਅੰਦਰ ਵੱਲ ਨੂੰ ਆਉਂਦਾ। ਅਤੇ ਉਹਦਾ ਜਿਹੜਾ ਵਿਚਾਰੀ ਦਾ ਰੂਟੀਨ ਦਾ ਕੰਮ ਸੀ ਨਹਾ ਧੋ ਕੇ ਜਦੋਂ ਸ਼ਾਮ ਜਿੱਕ ਦਾ ਵਿਹੜਾ ਹੋਇਆ ਅਤੇ ਉਹਨੇ ਆਲੂ ਮਟਰ ਮੰਜੇ 'ਤੇ ਧਰੇ, ਆਲੂ ਇੱਕ ਪਾਸੇ ਰੱਖ ਕੇ ਅਤੇ ਮਟਰ ਛਿੱਲੀ ਜਾਂਦੀ ਹੈ ਬਾਹਲੇ ਧਿਆਨ ਨਾਲ, ਘਰ ਵਾਲੇ ਆਏ ਦਾ ਕੋਈ ਪਤਾ ਨਹੀਂ ਵੀ ਆ ਗਿਆ। ਹੁਣ ਅੱਗੇ ਬਾਣ ਦੇ ਮੰਜੇ ਹੁੰਦੇ ਸੀ ਪਿੰਡਾਂ 'ਚ, ਉਹ ਦੌਣ 'ਤੇ ਆ ਕੇ ਬਹਿ ਗਿਆ ਹੌਲੀ ਇੱਕ ਦਿਨ, ਕੋਈ ਪਤਾ ਨਹੀਂ ਲੱਗਿਆ ਮਟਰ ਕੱਢੀ ਜਾਂਦੀ ਹੈ, ਉਹ ਥੋੜ੍ਹਾ ਜਿਹਾ ਭੈਣ ਜੀ ਹੋਰ ਨੇੜੇ ਹੋ ਗਿਆ, ਕੋਈ ਪਤਾ ਨਹੀਂ ਲੱਗਿਆ, ਫਿਰ ਮਟਰ ਕੱਢੀ ਜਾਂਦੀ ਹੈ ਉਹ ਥੋੜ੍ਹਾ ਜਿਹਾ, ਕਹਿੰਦਾ ਕਮਲੀ ਨੂੰ ਪਤਾ ਨਹੀਂ ਲੱਗਿਆ ਥੋੜ੍ਹਾ ਜਿਹਾ ਹੋਰ ਨੇੜੇ ਹੋ ਗਿਆ, ਉਹ ਹੁਣ ਇੱਥੇ ਬੈਠੀ ਹੈ, ਫਿਰ ਕੋਈ ਪਤਾ ਨਾ ਲੱਗਿਆ, ਕਹਿੰਦਾ ਕਮਲੀ ਨੂੰ ਪਤਾ ਨਹੀਂ ਲੱਗਿਆ ਮਟਰ ਕੱਢਣ 'ਚ ਬੀਜੀ ਹੈ। ਜਦੋਂ ਜਮਾ ਨੇੜੇ ਹੋ ਕੇ ਥੋੜ੍ਹੀ ਜਿਹੀ ਲੱਤ ਨਾਲ ਲੱਤ ਲੱਗੀ ਤੇ ਬੁੜਕ ਕੇ ਉੱਠੀ, ਕਹਿੰਦੀ ਕੀ ਹੈ ਪਰਾ ਹੋ ਕੇ ਮਾਰੋ ਮਾਰੋ। ਬੰਦਾ ਵਿਚਾਰਾ ਬੁੜਕ ਕੇ ਖੜਾ ਹੋ ਗਿਆ, ਕਹਿੰਦਾ ਯਾਰ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ, ਜਦੋਂ ਅਸੀਂ ਤੁਹਾਡੇ ਤੇ ਮਰਦੇ ਹਾਂ ਫਿਰ ਤੁਸੀਂ ਕਹਿੰਦੇ ਹੋ ਪਰਾ ਹੋ ਕੇ ਮਾਰੋ। ਕਹਿੰਦਾ ਜਦੋਂ ਅਸੀਂ ਤੁਹਾਡੇ ਤੇ ਨਹੀਂ ਮਰਦੇ ਫਿਰ ਤੁਸੀਂ ਪੁੱਛਦੇ ਹੋ ਕਿੱਥੇ ਮਰਿਆ ਸੀ। ਆ ਦੋ ਸਵਾਲਾਂ 'ਚ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ, ਆ ਦੋ ਸਵਾਲਾਂ, ਪਰ ਜ਼ਿੰਦਗੀ ਵਧੀਆ ਇਹਦੇ ਨਾਲ ਜੀ। ਬੋਲੇ ਨੀ ਬੰਬੀ ਹਾ ਬੋਲੇ ਸਰਦਾਰ ਦਲਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਸਰਦਾਰ ਪਰਮਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਸਰਦਾਰ ਮਨਜੀਤ ਸਿੰਘ ਚਾਹਲ ਸਾਹਿਬ USA ਤੋਂ ਨੇ ਜੀ, ਸਾਡੇ ਲੱਖਾ ਜੀ ਚਾਹਲ ਸਾਹਿਬ, ਦੇਬਾ ਚਾਹਲ ਸਾਹਿਬ, ਅੱਛਾ ਚਾਹਲ ਫੈਮਿਲੀ ਇਕੱਠੀ ਹੋਈ ਹੈ ਜੀ। ਸੀਮਾ ਜੀ USA ਤੋਂ ਨੇ ਜੀ, ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਜੱਸਾ ਜੀ, ਰਾਜਾ ਚਾਹਲ ਜੀ USA ਤੋਂ ਨੇ ਜੀ, ਸਾਡੇ ਪੰਜਾਬੀ ਸਾਡੇ ਪਰਿਵਾਰ ਦੇ ਕੰਗ ਨੇ ਜੀ, ਲੋਕ ਗਾਇਕ ਨੇ ਸਾਡੇ ਵਾਂਗੂ ਲੱਖੀ ਗਿੱਲ ਜੀ, ਬਹੁਤ ਸਾਰਾ ਮਾਣ ਅਤੇ ਸਤਿਕਾਰ ਜਸਵੰਤ ਗਿੱਲ ਜੀ, ਬਹੁਤ ਸਾਰਾ ਮਾਣ ਅਤੇ ਸਤਿਕਾਰ ਕਰਦੇ ਨੇ। ਹਾਂਜੀ ਬੇਟਾ ਸੋਹਣਾ ਪੁੱਤ ਬਹੁਤ ਸਾਰਾ ਮਾਣ ਅਤੇ ਕਰਕੇ ਗਿਆ। ਹਾਂਜੀ ਬੰਬੀਹਾ ਮਿਰਜ਼ਾ 21-31 ਅਸੀਂ ਜਿਹਨਾਂ ਲਈ ਸਿਮਗਦੇ ਦਵਾਵਾਂ, ਨਖਰੋ ਪਾਉਂਦੀ ਬੋਲੀਆਂ ਹੱਥ ਸਿਮਟਾ ਫੜ ਕੇ, ਪਿੰਜ ਕੱਲੇ ਜਲੇਬੀ ਨਾ ਖਾਓ ਮੇਰੇ ਮੂੰਹ 'ਚ ਪਾਣੀ ਆਈ ਜਾਂਦਾ। ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਹੈ ਤਾਲੀ ਨੀ। Thank you.
ਕਿਤੇ ਹਜਬਾਰੀ ਦੇ ਮੋਲੇ ਅੱਧੀ ਰਾਤ ਪੁਲਿਸ ਵੀ ਡੋਲੇ ਹੋਇਆ ਮਟਰ ਦੂਤ ਦੇ ਓਲੇ ਨੀ ਬੰਬੀ ਆ ਬੋਲੇ ਅੱਜ ਵੀ ਆਪਣੇ
ਪਤਾ ਸਭ ਨੂੰ ਹੈ ਵੀ ਤਾਰਾਂ ਦੂਰ ਦੂਰ ਤੱਕ ਜੁੜੀਆਂ, ਮੇਨ ਸਵਿੱਚ ਕਿੱਥੇ ਹੈ ਆਹੀ ਨਹੀਂ ਪਤਾ ਲੱਗਦਾ। ਤਾਰਾਂ ਪਤਾ ਵੀ ਦੂਰ ਤੱਕ ਜੁੜੀਆਂ ਨੇ, ਪਰ ਮੇਨ ਸਵਿੱਚ ਕਿੱਥੇ ਹੈ ਇਹ ਥੋੜਾ ਜਿਹਾ ਉਹ ਲੈ। ਥੈਂਕ ਯੂ। ਕਹਿੰਦੇ ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ, ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ, ਆਉਂਦਾ ਫਿਰ ਸਵਾਦ ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ, ਹੋਵੇ ਪੁੱਤ ਬਰਾਬਰ ਦਾ,
ਹੋਵੇ ਪੁੱਤ ਬਰਾਬਰ ਦਾ, ਹੋਵੇ ਪੁੱਤ ਬਰਾਬਰ ਦਾ।